हम तुम सोच रहे होंगे कि जो देखो साहिल खाता रहा है खाण पीण दल करता रहा हूँ जी शो ही योजा होस्ट कर रहा है ये तो करना ही पैना यह है जी पीडीसी पंजाबी प्रेजिडेंट पंजाब के सुपर शेफ। तो जी आप गल करिए अपने स्पॉन्सर्स की साढ़े कुकिंग ऑयल पार्टनर ने गगन कुकिंग ऑयल जहाँ गगन वहाँ जशन जहाँ जशन वहाँ गगन। डिशवॉशिंग पार्टनर ने विम लिक्विड जेल सिर्फ एक चम्मच घोलो और एक वक्त के सारे बर्तन धो लो। डिजर्ट पार्टनर ने शुगर फ्री नेचुरल मीठा भी डाइट भी। हेल्थ पार्टनर ने एक्वागार्ड पानी का डॉक्टर। स्पाइस पार्टनर ने महक मसाले सुगंध और स्वाद वाले मसाले महक मसाले। स्नैक्स पार्टनर ने मैकेन फूड स्पाइली टेस्ट का नया मैजिक। मैं है जी जलंधर शहर के विच्च शेफ हरपाल जी ने मेरी ड्यूटी लाई है कि कंटेस्टेंट के घर तू जा ते उन्हां दी तैयारी करवा। तैयारी मतलब कि खाण पीण दीआं चीज़ां पूरीआं हैगीआं कि नहीं। मैं गया सीगा जी सिमरनदीप दे घर, यह हैगा जी 19 साल का मुंडा। मैं कहा जी इस शो दे विच्च क्या क्या आपां नूं डिशेज देखण नूं मिल रही ने। आपां गल करिए पाने पनीर की राजमाए हुसन की चुकंदर चाट की मतलब इहो जिहे डिशेज मैं जिंदगी दे विच्च नहीं सुनिया सीगीआं। पर पीटीसी पंजाबी प्रेजेंट्स पंजाब के सुपर शेफ के सानू ये डिशेज देखने को मिल रही ने। जे मैं गल करा एक बार फिर सिमरनदीप की, ये बनाएगा जी पत्थर कबाब। है पत्थर के कबाब, मैं तो टेंशन दे विच आ गया कि ये पत्थर के कबाब खाने वाले होणगे या मारन वाले होणगे। पर देखते हैं साढ़े शेफ हरपाल जी पहुँच चुके होणगे उन्होंने घर, देखते हैं कि सिमरनदीप पत्थर के कबाब किस तरह बनाता है, ये खाए जाते हैं या फिर नहीं। मेरा हो गया काम इतने पूरा, मैं चला जी अगले कंटेस्टेंट के घर आगे रोटी पानी। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਿਮਰਨਦੀਪ ਸਿੰਘ ਆ। ਮੈਂ ਆਪਣੇ ਮੰਮੀ ਪਾਪਾ ਅਤੇ ਆਪਣੀ ਛੋਟੀ ਸਿਸਟਰ ਨਾਲ ਜਲੰਧਰ 'ਚ ਰਹਿ ਰਿਹਾ। ਕੁਕਿੰਗ ਦਾ ਸ਼ੌਂਕ ਮੈਨੂੰ 12ਵੀਂ ਤੋਂ ਬਾਅਦ ਪਿਆ। ਪਹਿਲਾਂ ਮੈਂ ਬੀਕੌਮ 'ਚ ਐਡਮਿਸ਼ਨ ਲਿੱਤੀ ਪਰ ਉੱਥੇ ਮੇਰਾ ਦਿਲ ਜਿਹਾ ਨਹੀਂ ਮੰਨਿਆ। ਮਹੀਨਾ ਡੇਢ ਮਹੀਨਾ ਮੈਂ ਕਾਲਜ ਗਿਆ ਹੋਣਾ, ਉਸ ਤੋਂ ਬਾਅਦ ਇੱਕੋ ਦਮ ਹੀ ਮਨ 'ਚ ਕੁਕਿੰਗ ਦਾ ਸ਼ੌਂਕ ਜਾਗ ਉੱਠਿਆ ਅਤੇ ਮੈਂ NFCI 'ਚ ਡਿਗਰੀ ਕਾਲਜ 'ਚ ਐਡਮਿਸ਼ਨ ਲਿੱਤੀ। ਉਸ ਤੋਂ ਬਾਅਦ ਕੁਕਿੰਗ ਕਰਦੇ ਕਰਦੇ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਬੈਠਾ। ਮੈਂ ਆਪਣੇ ਕਾਲਜ 'ਚ ਅਲੱਗ ਅਲੱਗ ਕੰਪੀਟੀਸ਼ਨ 'ਚ ਪਾਰਟੀਸਪੇਟ ਕਰਦਾ ਗਿਆ ਅਤੇ ਮੈਂ ਉਹ 'ਚ ਪ੍ਰਾਈਜ਼ ਵੀ ਜਿੱਤੇ ਅਤੇ ਅੱਗੇ ਜਾਂਦਾ ਗਿਆ ਅਤੇ ਅੰਦਰੋਂ ਇੱਕ ਕੌਨਫੀਡੈਂਸ ਆ ਗਿਆ। ਕੌਨਫੀਡੈਂਸ ਲੈਵਲ ਮੇਰਾ ਉੱਪਰ ਹਾਈ ਹੋ ਗਿਆ। ਮੈਂ ਇੱਕ ਬਹੁਤ ਅੱਛਾ ਸ਼ੈਫ ਬਣਨਾ ਚਾਹੁੰਦਾ, ਸ਼ੈਫ ਹਰਪਾਲ ਸਿੰਘ ਜੀ ਵਰਗਾ ਸ਼ੈਫ ਬਣਨਾ ਚਾਹੁੰਦਾ। ਆਪਣੀਆਂ ਰੈਸਪੀਆਂ ਅਤੇ ਆਪਣਾ ਟੈਲੈਂਟ ਮੈਂ ਲੋਕਾਂ ਨੂੰ ਅੱਗੇ ਸ਼ੇਅਰ ਕਰਨਾ ਚਾਹੁੰਦਾ। ਮੈਂ ਜੀ TV ਦੇਖਦਾ ਪਿਆ ਸੀ, ਗਾਣੇ ਸੁਣਦਾ ਪਿਆ ਸੀ, PTC ਪੰਜਾਬੀ ਲੱਗਾ ਸੀ ਅਤੇ ਉੱਥੇ ਥੱਲੇ ਐਡ ਆਈ ਸ਼ੈਫ ਹਰਪਾਲ ਸਿੰਘ ਜੀ ਦੀ ਕਿ ਅਗਰ ਤੁਹਾਡੀ ਕੁਕਿੰਗ ਸਕਿੱਲ ਹੈ ਤਾਂ ਤੁਸੀਂ ਮੈਂ ਤੁਹਾਡੇ ਕਿਚਨ 'ਚ ਆ ਕੇ ਆਪਣੀ ਡਿਸ਼ ਬਣਾਊਂਗਾ। ਸਰ ਮੇਰੇ ਦਿਮਾਗ 'ਚ ਆਇਆ ਆਪਣੀ ਇਨੋਵੇਸ਼ਨ ਵਾਲੀ ਰੈਸਪੀ, ਮੈਂ ਸੈਂਡ ਕੀਤੀ ਅਤੇ ਮੈਂ ਬਹੁਤ ਥੈਂਕਫੁਲ ਹਾਂ PTC ਦਾ। ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਰੈਸਪੀ ਸਿਲੈਕਟ ਹੋ ਗਈ ਅਤੇ ਅੱਜ ਹਰਪਾਲ ਸਿੰਘ ਜਿਹਦੇ ਨਾਲ ਮੈਂ ਆਪਣੀ ਡਿਸ਼ ਬਣਾ ਜਾ ਰਿਹਾ। ਵਾਹ, ਪੱਥਰ ਦੇ ਕਬਾਬ, ਵਾਹ ਜੀ ਵਾਹ, ਨਾਮ ਸੁਣ ਕੇ ਇੰਟਰਸਟ ਆ ਗਿਆ। ਕੁਛ ਯਾਦ ਆਇਆ ਸਰ ਕੁਛ? ਬਿਲਕੁਲ ਬਿਲਕੁਲ ਜੀ, ਇੱਕਦਮ ਸਿਮਰਨ ਤਿਆਰੀ ਪੂਰੀ ਹੈਗੀ ਹੈ ਜੀ ਤੇਰੀ? ਹੈ ਪੂਰੀ ਤਿਆਰੀ ਹੈ। ਪਰ 19 ਸਾਲ 'ਚ ਤੂੰ ਸੀ ਇੰਨਾ ਐਕਸਾਈਟਿਡ ਹੋ ਕੁਕਿੰਗ 'ਚ, ਕਿੰਨਾ ਮਤਲਬ ਕਿ ਬਚਪਨ ਤੋਂ ਸੋਚ ਕੇ ਰੱਖਿਆ ਸੀ ਕਿ ਸ਼ੈਫ ਬਣਨਾ, ਜਾਂ ਐਕਸਾਈਟਮੈਂਟ ਕਦੋਂ ਤੋਂ ਆਇਆ? 12th ਤੋਂ ਬਾਅਦ ਮੈਨੂੰ ਐਕਚੁਅਲੀ ਮੈਂ ਬੀਕੌਮ 'ਚ ਐਡਮਿਸ਼ਨ ਲਿੱਤੀ ਸੀ। ਹਾਂਜੀ, ਬਟ ਮੇਰਾ ਉਹ 'ਚ ਇੰਟਰਸਟ ਨਹੀਂ ਬਣਿਆ। ਹਾਂਜੀ, ਇਸ ਕਰਕੇ ਮੇਰਾ ਮਨ 'ਚ ਜਾਗ ਉੱਠਿਆ ਕਿ ਮੈਂ ਕੁਕਿੰਗ ਕਰਾਂ। ਚਲੋ ਜੀ, ਬਹੁਤ ਵਧੀਆ, ਬਹੁਤ ਵਧੀਆ, ਵੈਰੀ ਨਾਈਸ ਜੀ, ਬਹੁਤ ਵਧੀਆ ਬਾਈ। ਇਸ ਤਰ੍ਹਾਂ ਹੀ ਪੈਸ਼ਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੋਲ ਪਲੇਅ ਕਰਦਾ। ਜਦੋਂ ਬੰਦਾ ਪੈਸ਼ਨੇਟ ਹੁੰਦਾ ਨਾ, ਉਹ ਕੋਈ ਵੀ ਮੁਕਾਮ ਹਾਸਿਲ ਕਰਦਾ। ਤਾਂ ਆਮ ਵੈਰੀ ਹੈਪੀ ਕਿ ਤੁਹਾਡਾ ਜਿਹੜਾ ਪੈਸ਼ਨ ਹੈ ਉਹ ਬਹੁਤ ਹਾਈ ਲੈਵਲ 'ਚ ਹੈ, ਤਾਂ ਉਹਨੂੰ ਕਦੀ ਘੱਟ ਨਾ ਹੁੰਦੇ ਹੋ। ਅਸੀਂ ਹੁਣ ਇੱਕ ਕੰਮ ਕਰਦੇ ਹਾਂ, ਅਸੀਂ ਦੋਵੇਂ ਕਿਉਂਕਿ ਬੜੇ ਪੈਸ਼ਨੇਟ ਬੰਦੇ, ਖਾਣ ਪੀਣ ਦੇ ਬੰਦੇ, ਅਸੀਂ ਜ਼ਿਆਦਾ ਸਮਾਂ ਇੱਥੇ ਨਹੀਂ ਗੁਜ਼ਾਰਦੇ। ਆਪਾਂ ਜਾਂਦੇ ਹਾਂ ਕਿਚਨ 'ਚ, ਤੁਸੀਂ ਫੜੋ ਆਪਣਾ ਬਾਸਕਟ ਅਤੇ ਨਾਲ ਦੋਵੇਂ ਕਰਦੇ ਹਾਂ ਤਿਆਰੀ। ਲਿਆਓ ਜੀ, ਲਿਆਓ ਜੀ, ਲਿਆਓ ਜੀ, ਚਲੋ ਜੀ, ਚਲੋ ਆਓ ਜੀ ਸਿਮਰਨ ਜੀ। ਸਿਮਰਨਦੀਪ, ਕਿਚਨ 'ਚ ਆ ਗਏ ਅਸੀਂ ਅਤੇ ਤੁਹਾਡੀ ਜਿਹੜੀ ਰੈਸਪੀ ਹੈ ਪੰਜਾਬ ਦੇ ਸੁਪਰ ਸ਼ੈਫ 'ਚ ਚੁਣੀ ਗਈ ਹੈ। ਬਈ ਪੰਜਾਬ ਦੇ ਸੁਪਰ ਸ਼ੈਫ 'ਚ ਚੁਣੀ ਰੈਸਪੀ ਮਤਲਬ ਕਿ ਬਹੁਤ ਬੜਾ ਦਰਜਾ ਹੋ ਗਿਆ। ਬਿਲਕੁਲ ਠੀਕ ਹੈ ਜੀ, ਕਿਉਂਕਿ ਕਈ ਲੋਕਾਂ ਨੇ ਰੈਸਪੀ ਘੱਲੀ। ਸਾਨੂੰ ਲੱਗਾ ਕਿ 19 ਸਾਲ ਦਾ ਲੜਕਾ ਜਿਹੜਾ ਹੈ ਉਹ ਹੋਟਲ ਮੈਨੇਜਮੈਂਟ ਪਰਸਿਊ ਕਰ ਰਿਹਾ, ਪੱਥਰ ਕਬਾਬ ਬਣਾ ਰਿਹਾ, ਕਿਉਂਕਿ ਪੱਥਰ ਕਬਾਬ ਟੈਕਨੀਕਲੀ
ਬੜੀ ਜ਼ਬਰਦਸਤ ਚੀਜ਼ ਹੁੰਦੀ ਜੋ ਮੈਂ ਜਾਣਦਾ ਤੇ ਉਹ ਬਿਲਕੁਲ ਮਟਨ ਨਾ ਪਾਉਂਦੇ ਮਟਨ ਨੂੰ ਪਤਲਾ ਮੋਟਾ ਮੋਟਾ ਬੋਟੀਆਂ ਕੱਟ ਕੇ ਚਪਟਾ ਕਰਕੇ ਸਪੈਸ਼ਲ ਮੈਰੀਨੇਟ 'ਚ ਮੈਰੀਨੇਟ ਕਰਕੇ ਪੱਥਰ ਦੇ ਉੱਤੇ ਸੇਕਿਆ ਜਾਂਦਾ ਲੇਕਿਨ ਖਾਣਾ ਬਣਾਉਣ ਦੀ ਕੋਈ ਸੀਮਾ ਨਹੀਂ ਹੁੰਦਾ ਕੋਈ ਡੈਫੀਨੇਸ਼ਨ ਨਹੀਂ ਹੁੰਦੀ ਭਾਈ ਇਸੇ ਕਰਕੇ ਜਿਹੜਾ ਖਾਣਾ ਹੁੰਦਾ ਨਾ ਉਹ ਅਲੱਗ ਅਲੱਗ ਪ੍ਰਾਂਤ 'ਚ ਅਲੱਗ ਅਲੱਗ ਜਗ੍ਹਾ ਜਾ ਕੇ ਬਦਲ ਜਾਂਦਾ ਅਤੇ ਅਸੀਂ ਹਾਂ ਸਿਮਰਨਦੀਪ ਦੇ ਘਰ 'ਚ ਔਰ ਇੱਥੇ ਪੱਥਰ ਕਬਾਬ ਦਾ ਡੈਫੀਨੇਸ਼ਨ ਥੋੜ੍ਹਾ ਚੇਂਜ ਹੋ ਰਿਹਾ ਬਟ ਮੈਨੂੰ ਲੱਗਦਾ ਕਾਫੀ ਇੰਟਰਸਟਿੰਗ ਹੋਗਾ ਲੁੱਕ ਫੀਲ ਅਪੀਲ ਕਾਫੀ ਇੰਟਰਸਟਿੰਗ ਹੋ ਗਈ ਸਿਮਰਨ ਹੁਣ ਮੈਨੂੰ ਦੱਸੋ ਕਿ ਪੱਥਰ ਕਬਾਬ ਬਣਾਉਣ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪਏਗੀ ਸਭ ਤੋਂ ਪਹਿਲਾਂ ਸਰ ਸਾਨੂੰ ਬੀਨਸ ਗਾਜਰ ਗੋਭੀ ਚਾਹੀਦੀ ਹੈ ਬੀਨਸ ਗਾਜਰ ਗੋਭੀ ਤਿੰਨੋਂ ਬੋਇਲ ਕਰਕੇ ਇਹਦਾ ਕੀਮਾ ਕਰਨਾ ਵਾਈਟ ਚਨਾ ਚਾਹੀਦੇ ਸਰ ਬੋਇਲਡ ਅੱਛਾ ਸਰ ਪੋਟੈਟੋ ਚਾਹੀਦੇ ਫੋਰ ਬਾਈਂਡਿੰਗ ਹਾਂਜੀ ਸਰ ਬ੍ਰੈਡ ਕ੍ਰੰਬਸ ਫੋਰ ਬਾਈਂਡਿੰਗ ਜੀ ਸਰ ਅਮਚੂਰ ਪਾਊਡਰ ਓਕੇ ਜੀ ਕੋਰੀਐਂਡਰ ਪਾਊਡਰ ਹਾਂਜੀ ਐਗ ਚਾਹੀਦੇ ਕੋਟਿੰਗ ਲਈ ਸਾਲਟ ਟੂ ਟੇਸਟ ਰੋਸਟਡ ਚਨਾ ਪਾਊਡਰ ਐਂਡ ਸਰ ਜੀਰਾ ਪਾਊਡਰ ਹਾਂਜੀ ਪੀਨਟਸ ਫੋਰ ਕੋਟਿੰਗ ਇਲਾਚੀ ਪਾਊਡਰ ਮਜ਼ੇਦਾਰ ਪੱਥਰ ਕਬਾਬ ਮਜ਼ੇਦਾਰ ਵਾਹ ਕੀ ਬਾਤ ਹੈ ਚਲੋ ਜੀ ਸ਼ੁਰੂ ਕਰੀਏ ਸ਼ੁਰੂ ਕਰੋ ਸਰ ਚਲੋ ਸਿਮਰਨਦੀਪ ਜੀ ਕੜਾਈ ਰੱਖਤੀ ਹੁਣ ਆਪਾਂ ਆਇਲ ਪਾਉਣਾ ਆਇਲ ਪਾਉਣਾ ਹੈ ਕਿਉਂਕਿ ਡੀਪ ਫਰਾਈ ਕਰ ਰਹੇ ਹਾਂ ਹਾਂਜੀ ਤੇ ਲਾਓ ਜੀ ਤੇਲ ਪਾਓ ਆਪਾਂ ਯੂਜ਼ ਕਰਾਂਗੇ ਜਦਨ ਆਇਲ ਇਹ ਲੋ ਡੈਂਸਿਟੀ ਆਇਲ ਹੈ ਤੇ ਸਿਹਤ ਨੂੰ ਹੈਲਦੀ ਰੱਖਦਾ ਤੇ ਨਾਲ ਨਾਲ ਖਾਣੇ ਨੂੰ ਵੀ ਇਕਦਮ ਲਾਈਟ ਰੱਖਦਾ ਬਿਲਕੁਲ ਮਜ਼ੇਦਾਰ ਹੈ ਮਜ਼ੇਦਾਰ ਤੇ ਚਲੋ ਜੀ ਇਹ ਬਸ ਇੰਨਾ ਤੇਲ ਹੋਰ ਥੋੜਾ ਪਾਦਾ ਲਓ ਜੀ ਚਲੋ ਤੇਲ ਗਰਮ ਹੁੰਦਾ ਟਾਈਮ ਲੱਗੇਗਾ ਮਿਕਸਚਰ ਤਿਆਰ ਕਰ ਲੈਣੇ ਰੱਖ ਦੋ ਜੀ ਬੋਲ ਆਪਾਂ ਇੰਨੀ ਦੇਰ ਜੀ ਮਿਕਸਚਰ ਤਿਆਰ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਅਸੀਂ ਬੀਨਸ ਗਾਜਰ ਗੋਭੀ ਲਿੱਤੀ ਹਾਂਜੀ ਠੀਕ ਹੈ ਸਰ ਇਸ ਤੋਂ ਬਾਅਦ ਆਪਾਂ ਸਰ ਇਹ 'ਚ ਵਾਈਟ ਚਨਾ ਡਾਲ ਪਾਵਾਂਗੇ ਅੱਛਾ ਚਲੋ ਬੋਇਲਡ ਹਾਂ ਉਸ ਤੋਂ ਬਾਅਦ ਸਰ ਆਪਾਂ ਇਹਨੂੰ ਕਰਾਂਗੇ ਮੈਸ਼ ਹਾਂਜੀ ਮੈਸ਼ ਕਰਨ ਦਾ ਪੰਜਾਬੀ ਤਰੀਕਾ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਆਹ ਗਲਾਸ ਹੈਗਾ ਆ ਦੇ ਆਹ ਪੰਜਾਬੀ ਤਰੀਕਾ ਹੈ ਹੈ ਇਹ ਸਰ ਦੇਸੀ ਤਰੀਕਾ ਇਹ ਬਿਲਕੁਲ ਦੇਸੀ ਇਹ ਤੁਹਾਡੀ ਮਦਦ ਕਰਤੀ ਹੁਣ ਹੋਰ ਵੀ ਕੁਛ ਮੈਸ਼ ਕਰਨਾ ਇਹਦੇ 'ਚ ਪਾ ਕੇ ਹਾਂਜੀ ਸਰ ਆਪਾਂ ਇੱਕ ਪੋਟੈਟੋ ਪਾਵਾਂਗੇ ਜੀ ਲਓ ਜੀ ਲਓ ਪੋਟੈਟੋ ਵੀ ਲਿਆਓ ਇੰਡੀਆ 'ਚ ਮੇਰਾ ਨਾਮ ਹੀ ਇਸੇ ਕਰਕੇ ਫੇਮਸ ਹੈ ਕਿ ਹਰਪਾਲ ਜੀ ਨੂੰ ਜਦੋਂ ਕਿਚਨ 'ਚ ਦੇਖੀਦਾ ਕੁਛ ਨਾ ਕੁਛ ਸੋਲੂਸ਼ਨ ਮਿਲ ਹੀ ਜਾਂਦਾ ਚਲੋ ਜੀ ਇਹ ਤੁਹਾਨੂੰ ਸੋਲੂਸ਼ਨ ਮਿਲ ਗਿਆ ਹੁਣ ਤੁਸੀਂ ਕਰੋ ਆਪਾਂ ਇਹਨੂੰ ਦੇਸੀ ਤਰੀਕੇ ਨਾਲ ਮੈਸ਼ ਕਰਾਂਗੇ ਬਿਲਕੁਲ ਚਲੋ ਜੀ ਦੇਸੀ ਤਰੀਕੇ ਨਾਲ ਮੈਸ਼ ਹੋ ਗਿਆ ਮਿਕਸਚਰ ਫਸਟ ਕਲਾਸ ਹੋ ਗਿਆ ਜੀ ਇਹ ਦੇਖੋ ਆਹਾ ਹੁਣ ਮਸਾਲੇ ਬੜੇ ਸਾਰੇ ਤੂੰ ਦੱਸੇ ਸੀ ਸਿਮਰਨ ਹਾਂਜੀ ਸਰ ਦੱਸ ਦਿਓ ਮਸਾਲੇ ਕਿਹੜੇ ਕਿਹੜੇ ਪਾਉਣੇ ਇਹਦੇ 'ਚ ਮਸਾਲੇ ਪਾ ਲਓ ਮਸਾਲੇ ਸਰ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਸਾਲਟ ਹਾਂ ਸਾਲਟ ਜਿਹੜਾ ਹੈ ਸਵਾਦ ਦੇ ਹਿਸਾਬ ਨਾਲ ਪਾ ਦਿਓ ਜੀ ਲਓ ਜੀ ਹੋਰ ਪਾਵਾਂਗੇ ਸਰ ਰੋਸਟਿਡ ਚਨਾ ਪਾਊਡਰ ਵਾਹ ਬਾਈਂਡਿੰਗ ਵਾਸਤੇ ਬਿਲਕੁਲ ਸਰ ਤੇ ਰੋਸਟਿਡ ਚਨਾ ਪਾਊਡਰ ਐਕਚੁਅਲੀ ਫਲੇਵਰ ਵਾਸਤੇ ਵੀ ਕਾਫੀ ਕੰਮ ਆਉਂਦਾ ਹਾਂਜੀ ਸਰ ਫਲੇਵਰ ਆਉਂਦਾ ਚਲੋ ਜੀ ਹੋਰ ਅਸੀਂ ਸਰ ਪਾਵਾਂਗੇ ਅਮਚੂਰ ਪਾਊਡਰ ਅਮਚੂਰ ਪਾਊਡਰ ਖਟਾਸ ਮੈਂਗੋ ਇਹ ਬਿਲਕੁਲ ਥੋੜ੍ਹਾ ਜਿਹਾ ਪਾਵਾਂਗੇ ਥੋੜ੍ਹਾ ਜਿਹਾ ਪਾਉਣਾ ਬਿਲਕੁਲ ਸਰ ਚਲੋ ਇਲਾਚੀ ਪਾਊਡਰ ਫਲੇਵਰ ਲਈ ਬਿਲਕੁਲ ਥੋੜ੍ਹਾ ਜਿਹਾ ਹੋਰ ਸਰ ਜੀਰਾ ਪਾਊਡਰ ਰੋਸਟਿਡ ਜੀਰਾ ਪਾਊਡਰ ਰੋਸਟਿਡ ਜੀਰਾ ਪਾਊਡਰ ਲਓ ਹੋਰ ਸਰ ਬਾਈਂਡਿੰਗ ਕੇ ਲਈ ਬ੍ਰੈਡ ਕ੍ਰੰਬਸ ਇਹ ਜਿਹੜੇ ਮਸਾਲੇ ਯੂਜ਼ ਕਰਤੇ ਕੋਈ ਸਭ ਕੋਈ ਸਪੈਸੀਫਿਕ ਮਸਾਲੇ ਨਹੀਂ ਸਰ ਇਹ ਮਹਿਕ ਦੇ ਮਸਾਲੇ ਆ ਅੱਛਾ ਹਾਂਜੀ ਸਰ ਇਹ ਸਵਾਦੀ ਹੁੰਦੇ ਜ਼ਿਆਦਾ ਬਹੁਤ ਵਧੀਆ ਜੀ ਬਹੁਤ ਵਧੀਆ ਚਲੋ ਫਿਰ ਪਾਓ ਜੀ ਪਾ ਦਿਓ ਜੀ ਇਹ ਹੈ ਕੋਰੀਐਂਡਰ ਪਾਊਡਰ ਚਲੋ ਹਾਂ ਇਹਨੂੰ ਆਪਾਂ ਅੱਛੇ ਤਰੀਕੇ ਨਾਲ ਮੈਸ਼ ਕਰਾਂਗੇ ਹਾਂ ਚਲੋ ਸਿਮਰਨਦੀਪ ਵਧੀਆ ਇੱਕਦਮ ਬਣ ਗਿਆ ਮਿਕਸਚਰ ਤਿਆਰ ਬਿਲਕੁਲ ਸਰ ਤਿਆਰ ਹੁਣ ਕੀ ਕਰਨਾ ਹੁਣ ਆਪਾਂ ਸਰ ਇਹਨੂੰ ਐਗ ਆਪਾਂ ਇੱਕ ਬਾਊਲ 'ਚ ਤੋੜਾਂਗੇ ਅਤੇ ਆਪਾਂ ਉਹਨੂੰ ਇਹਨੂੰ ਕੋਟ ਕਰਕੇ ਅਤੇ ਪੀਨਟਸ ਲਗਾਵਾਂਗੇ ਅਤੇ ਸਾਰੇ ਨੂੰ ਕੋਟ ਕਰਨਾ ਐਕਸਟਰਾ ਨਹੀਂ ਸਰ ਆਪਾਂ ਜੀ ਟਿੱਕੀਆਂ ਬਣਾਉਣੀਆਂ ਹਾਂਜੀ ਪਹਿਲਾਂ ਟਿੱਕੀਆਂ ਬਣਾ ਲਓ ਫਿਰ ਹਾਂਜੀ ਸਰ ਲਓ ਜੀ ਆਪਾਂ ਇਹ ਦੋਨੋਂ ਹੱਥ ਆਪਣਾ ਯੂਜ਼ ਕਰਾਂਗੇ ਲਓ ਟਿੱਕੀਆਂ ਤਿਆਰ ਰੱਖ ਦਿਓ ਜੀ ਆਪਾਂ ਇਹਨੂੰ ਇੱਕ ਪਲੇਟ 'ਚ ਰੱਖਾਂਗੇ ਬਿਲਕੁਲ ਚਲੋ ਵਧੀਆ ਛੋਟੀ ਛੋਟੀਆਂ ਟਿੱਕੀਆਂ ਬਣਾ ਰਹੇ ਸਿਮਰਨਜੀਤ ਜੀ ਫਸਟ ਕਲਾਸ ਪੱਥਰ ਕਬਾਬ ਟਿੱਕੀਆਂ ਬਣ ਗਈਆਂ ਬਿਲਕੁਲ ਇੱਕ ਤਿਆਰ ਤਿਆਰ ਪੀਨਟਸ ਵੀ ਕ੍ਰਸ਼ ਤਿਆਰ ਤੇ ਇਹ ਫਰਾਈ ਵਾਸਤੇ ਵੀ ਮੈਂ ਚੀਜ਼ਾਂ ਤਿਆਰ ਕਰ ਲਈਆਂ ਚਲੋ ਜੀ ਤੇਲ ਕਾਫੀ ਗਰਮ ਹੋ ਗਿਆ ਇਸ ਵੇਲੇ ਮੈਂ ਬੰਦ ਕਰਤਾ ਹੈ ਹਾਂਜੀ ਸ਼ੁਰੂ ਕਰੋ ਜੀ ਚਲੋ ਆਪਾਂ ਸਰ ਆਪਣਾ ਕਬਾਬ ਕੋਟਿੰਗ ਕਰਨਾ ਆਪਾਂ ਇਹਨੂੰ ਕੋਟ ਕਰਾਂਗੇ ਅੱਗ ਦੇ ਵਿੱਚ ਹਾਂ ਉਸ ਤੋਂ ਬਾਅਦ ਸਰ ਆਪਾਂ ਇਹਨੂੰ ਪੀਨਟਸ ਨਾਲ ਕੋਟ ਕਰਾਂਗੇ ਬਿਲਕੁਲ ਅੱਛੀ ਤਰ੍ਹਾਂ ਇਸ ਤਰੀਕੇ ਨਾਲ ਅਸੀਂ ਕੋਟ ਕਰ ਰਹੇ ਹਾਂ ਕਿਉਂਕਿ ਤੂੰ 19 ਸਾਲ ਦਾ ਸਿੱਖ ਰਿਹਾ ਮੈਂ ਇੱਕ ਤਰੀਕਾ ਸਿਖਾਉਂਦਾ ਕਦੋਂ ਵੀ ਕੋਟਿੰਗ ਕਰੀਦਾ ਨਾ ਹੋਟਲਾਂ 'ਚ ਵੀ ਅਤੇ ਇੱਕ ਹੱਥ 'ਚ ਟਿੱਕੀ ਜਿਹੜਾ ਦੂਜਾ ਵੈਟ ਕਰੀਦਾ ਇਹਨੂੰ ਇਹਦੇ 'ਚ ਪਾਈਦਾ ਕੋਟਿੰਗ ਇਹਦੇ 'ਚ ਹੁੰਦੀ ਇਹ ਕਰਕੇ ਇਹਦੇ 'ਚ ਫਿਰ ਆਹ ਹੱਥ ਯੂਜ਼ ਕਰੀਦਾ ਜਿੰਨਾ ਡਰਾਈ ਵਾਲਾ
ਇੱਕ ਸਾਈਡ ਵੈਟ ਵਾਲਾ ਇੱਕ ਸਾਈਡ ਵੈਟ ਵਾਲਾ ਇਹ ਦੋਵੇਂ ਇੱਕ ਸਾਈਡ ਇਸ ਤਰ੍ਹਾਂ ਯੂਜ਼ ਹੁੰਦੇ ਠੀਕ ਹੈ ਨਾ ਇਹ ਟੈਕਨੀਕਲ ਹੈ ਚਲੋ ਜੀ ਤੁਸੀਂ ਅੱਗੇ ਚੱਲ ਕੇ ਸਿੱਖ ਜਾਓਗੇ ਕੰਮ ਚਲੋ ਹੁਣ ਆਪਾਂ ਕਬਾਬ ਹਾਂ ਉਸੇ ਤਰੀਕੇ ਨਾਲ ਨੂੰ ਕੋਟ ਐਗ ਚ ਹਾਂ ਉਸ ਤੋਂ ਬਾਅਦ ਸਰ ਆਪਾਂ ਪੀਨਟ ਹਾਂ ਪ੍ਰੈਸ ਕਰੋ ਇੱਕੋ ਹੀ ਹੱਥ ਲਾਓ ਬੇਟਾ ਇੱਕੋ ਹੀ ਹੱਥ ਲਾਓ ਇੱਕ ਪ੍ਰੋਫੈਸ਼ਨਲ ਸ਼ੈਫ ਬਣਨ ਵਾਸਤੇ ਕਾਫੀ ਪਰਿਸ਼ਰਮ ਕਰਨਾ ਪੈਂਦਾ ਕਾਫੀ ਸਮੇਂ ਬਾਅਦ ਕਈ ਸਾਰੀਆਂ ਚੀਜ਼ਾਂ ਸਮਝ ਆਉਂਦੀਆਂ ਉਹ ਫਿਰ ਪ੍ਰੈਕਟਿਸ ਕਰਨ 'ਚ ਆਉਂਦੀਆਂ ਕਾਫੀ ਸਮੇਂ ਕਿਚਨ 'ਚ ਗੁਜ਼ਾਰਨ ਦੇ ਬਾਅਦ ਆਉਂਦੀਆਂ ਬਈ ਆਸਾਨੀ ਨਾਲ ਇੱਕ ਬੰਦਾ ਪ੍ਰੋਫੈਸ਼ਨਲ ਸ਼ੈਫ ਨਹੀਂ ਬਣ ਸਕਦਾ ਜਿਹੜਾ ਵਾਈਟ ਕੋਟ ਸਾਰੇ ਪਾਉਂਦੇ ਨਾ ਉਹ ਕਾਫੀ ਮਿਹਨਤ ਦੇ ਬਾਅਦ ਆਉਂਦਾ ਲੇਕਿਨ ਇਹ ਜ਼ਰੂਰੀ ਨਹੀਂ ਕਿ ਜਿਹੜੇ ਘਰ ਬੈਠੇ ਰੋਜ਼ ਮਿਹਨਤ ਕਰਦੇ ਉਹਨਾਂ ਕੋਲ ਹੁਨਰ ਨਹੀਂ ਹੁੰਦਾ ਬਿਲਕੁਲ ਹੁੰਦਾ ਜੀ ਉਹਨਾਂ ਕੋਲ ਵੀ ਹੁਨਰ ਜ਼ਬਰਦਸਤ ਹੁਨਰ ਹੁੰਦਾ ਉਹਨਾਂ ਕੋਲ ਅਤੇ ਉਹ ਹੁਨਰ ਕਈ ਵਾਰ ਸਾਡੇ ਵਰਗੇ ਪ੍ਰੋਫੈਸ਼ਨਲ ਸ਼ੈਫਸ ਉਹਨਾਂ ਦੀਆਂ ਰੈਸਪੀਜ਼ ਲੈ ਕੇ ਮੋਡੀਫਾਈ ਕਰਦੇ ਹਾਂ ਦਿਖਾਉਂਦੇ ਹਾਂ ਜਿਸ ਤਰ੍ਹਾਂ ਅੱਜ ਮੈਂ ਇੱਥੇ ਇੱਕ 19 ਸਾਲ ਦੇ ਲੜਕੇ ਨਾਲ ਸਿਮਰਨਦੀਪ ਦੇ ਨਾਲ ਮਿਲ ਕੇ ਇੱਕ ਨਵੀਂ ਚੀਜ਼ ਦੇਖ ਰਹੇ ਹਾਂ ਪੱਥਰ ਕਬਾਬ ਬਣ ਰਹੇ ਇੰਟਰਸਟਿੰਗ ਆ ਬਹੁਤ ਹੀ ਮਜ਼ੇਦਾਰ ਕੋਟਿੰਗ ਹੋ ਗਈ ਹੈ ਟੈਕਸਚਰ ਬਿਲਕੁਲ ਹੁਣ ਪੱਥਰਾਂ ਵਰਗਾ ਲੱਗ ਰਿਹਾ ਅਤੇ ਐਗਸ ਨਾਲ ਬਾਇੰਡਿੰਗ ਹੋਣ ਦੇ ਬਾਅਦ ਇਕਦਮ ਉੱਪਰ ਦਾ ਜਿਹੜਾ ਟੈਕਸਚਰ ਹੈ ਉਹ ਚੇਂਜ ਹੋ ਗਿਆ ਤਿਆਰ ਆਪਾਂ ਚੈੱਕ ਕਰ ਲੈਂਦੇ ਹਾਂ ਕਿ ਤੇਲ ਚਲੋ ਚਲੋ ਜੀ ਚੈੱਕ ਕਰੋ ਚਲੋ ਜੀ ਆਓ ਜੀ ਹੁਣ ਆਪਾਂ ਇੱਕ ਇੱਕ ਕਬਾਬ ਆਪਣਾ ਤੇਲ ਦੇ ਅੰਦਰ ਪਾਵਾਂਗੇ ਹਾਂ ਵਾਹ ਲਓ ਜੀ ਬਿਲਕੁਲ ਆਰਾਮ ਨਾਲ ਲਓ ਜੀ ਲਓ ਅਸੀਂ ਥੋੜ੍ਹੀ ਜਿਹੀ ਮਦਦ ਕਰ ਦਿੰਦੇ ਇਹਨਾਂ ਦੀ ਕੱਢ ਲਈਏ ਕੱਢ ਲਓ ਲਓ ਜੀ ਵਧੀਆ ਬਿਲਕੁਲ ਟੈਕਸਚਰ ਬਹੁਤ ਹੀ ਮਜ਼ੇਦਾਰ ਪੱਥਰ ਕਬਾਬ ਵਰਗੂ ਉੱਪਰ ਦਾ ਤੁਸੀਂ ਟੈਕਸਚਰ ਦੇਖ ਰਹੇ ਹੋ ਬਿਲਕੁਲ ਮਜ਼ੇਦਾਰ ਇਹਨੂੰ ਕੱਢ ਲੈਂਦੇ ਹਾਂ ਜੀ ਇਹ ਲਓ ਹਾਂ ਹਾਂ ਪੀਨਟਸ ਫਰਾਈ ਹੋਣ ਦੇ ਬਾਅਦ ਉਹਦਾ ਫਲੇਵਰ ਅਲੱਗ ਹੀ ਹੋ ਗਿਆ ਚਲੋ ਜੀ ਅਤੇ ਗੈਸ ਕਰ ਲੈਂਦੇ ਹਾਂ ਬੰਦ ਅਤੇ ਹੁਣ ਪੱਥਰ ਕਬਾਬ ਹੋ ਗਏ ਤਿਆਰ ਅਤੇ ਹੋਰ ਇੱਕ ਟਿਪ ਮੈਂ ਤੈਨੂੰ ਦੇ ਦੇਣਾ ਇਹਨਾਂ ਨੂੰ ਹੋਰ ਟੇਸਟੀ ਬਣਾਉਣ ਵਾਸਤੇ ਨਾ ਜਿਹੜੇ ਮਸਾਲੇ ਆ ਨਾ ਉਹਨਾਂ 'ਚ ਚਾਟ ਮਸਾਲਾ ਹੈਗਾ ਅਤੇ ਉਹ ਪੈਕਟ ਖੋਲੋ ਅਤੇ ਉੱਪਰ ਥੋੜ੍ਹਾ ਜਿਹਾ ਚਾਟ ਮਸਾਲਾ ਸਪ੍ਰਿੰਕਲ ਕਰ ਲਓ ਇਹਦਾ ਫਲੇਵਰ ਵਧਾਉਣ ਵਾਸਤੇ ਚਾਟ ਮਸਾਲਾ ਸਪ੍ਰਿੰਕਲ ਕਰੋ ਕਰੋ ਜੀ ਕਰਕੇ ਆਪਾਂ ਮਹਿਕ ਚਾਟ ਮਸਾਲਾ ਸਪ੍ਰਿੰਕਲ ਕਰਾਂਗੇ ਕਰੋ ਜੀ ਕਰੋ ਬਹੁਤ ਵਧੀਆ ਟੇਸਟ ਵੱਧ ਜਾਂਦਾ ਚਾਟ ਮਸਾਲਾ ਜਿਹੜਾ ਹੈ ਨਾ ਬੜਾ ਮਜ਼ੇਦਾਰ ਮਸਾਲਾ ਹੁੰਦਾ ਅਤੇ ਜਿੰਨੇ ਵੈਜੀਟੇਰੀਅਨ ਕਬਾਬਸ ਹੁੰਦੇ ਉੱਪਰੋਂ ਪਾਓ ਤਾਂ ਇੱਕ ਟੈਂਗੀਨੈਸ ਆ ਜਾਂਦਾ ਅਤੇ ਇਹ ਤਿਆਰ ਹੋ ਗਏ ਨੇ ਇਹਦੀ ਪ੍ਰੈਜੈਂਟੇਸ਼ਨ ਕਰ ਲੈਂਦੇ ਅਤੇ ਨਾਲ ਅਸੀਂ ਟੇਸਟ ਕਰ ਲਾਂਗੇ ਫਿਰ ਬਿਲਕੁਲ ਠੀਕ ਹੈ ਨਾ ਜੀ ਚਲੋ ਜੀ ਅਤੇ ਸਿਮਰਨਦੀਪ ਵਧੀਆ ਪੱਥਰ ਕਬਾਬ ਤਿਆਰ ਕਰ ਲਏ ਟੈਕਸਚਰ ਦੇਖਣ 'ਚ ਤਾਂ ਬਿਲਕੁਲ ਪੱਥਰ ਵਰਗਾ ਲੱਗਦਾ ਉੱਪਰੋਂ ਅਤੇ ਖਾ ਕੇ ਦੇਖਦੇ ਹੁਣ ਅੰਦਰ ਮਿਕਸਚਰ ਤਾਂ ਜ਼ਬਰਦਸਤ ਵੈਲ ਆਪਣੇ ਸਟਾਰ ਸ਼ੈਫ ਜਿਹੜੇ ਹੈਗੇ ਉਹਨਾਂ ਨੇ ਡਿਸ਼ ਜਿਹੜੀ ਹੈਗੀ ਉਹ ਟੇਸਟ ਕਰ ਲਈ ਹੈਗੀ ਹੈ ਦਿਲ ਦੀ ਧੜਕਣਾ ਇੱਥੇ ਧੱਕ ਧੱਕ ਹੋ ਰਹੀ ਹੈ ਤਾਂ ਸਿਮਰਨ ਦਾ ਕੀ ਹਾਲ ਹੋ ਰਿਹਾ ਹੋਗਾ ਉਹ ਮੈਂ ਸਮਝ ਸਕਦਾ ਧੱਕ ਧੱਕ ਹੋ ਰਹੀ ਹੋਣੀ ਹੈ ਬਟ ਆਹ ਜਿਹੜਾ ਸਸਪੈਂਸ ਹੈਗਾ ਆਹ ਚਲੇਗਾ ਤੁਹਾਨੂੰ ਪਤਾ ਬ੍ਰੇਕ ਤੋਂ ਬਾਅਦ ਤੁਸੀਂ ਕਿਤੇ ਜਾਣਾ ਨਹੀਂ ਜੇ ਬਣੇ ਰਹਿਣਾ ਪੀਡੀਸੀ ਪੰਜਾਬੀ ਦੇ ਪਹਿਲੇ ਤੇ ਨਵੇਂ ਕਲੇ ਸ਼ੋਅ ਜਿਹਦਾ ਨਾਂ ਹੈਗਾ ਪੰਜਾਬ ਦੇ ਸੁਪਰ ਸ਼ੈਫ ਅੰਦਰ ਫਲੇਵਰ ਅੱਛਾ ਇਲਾਇਚੀ ਦਾ ਥੋੜ੍ਹਾ ਅਮਚੂਰ ਦਾ ਖਟਾਸ ਆ ਰਹੀ ਹੈ ਅਤੇ ਲਾਸਟ 'ਚ ਜਿਹੜਾ ਕਰੰਚ ਆ ਰਿਹਾ ਨਾ ਪੀਨਟਸ ਦਾ ਵੈਲਕਮ ਬੈਕ ਵਾਂਸ ਅਗੇਨ ਹਾਰਦਿਕ ਅਭਿਨੰਦਨ ਹੈ ਪੀਡੀਸੀ ਪੰਜਾਬੀ ਦੇ ਪਹਿਲੇ ਤੇ ਨਵੇਂ ਇਕਲੇ ਸ਼ੋਅ ਦਾ ਜਿਹਦਾ ਨਾਂ ਹੈਗਾ ਪੰਜਾਬ ਦੇ ਸੁਪਰ ਸ਼ੈਫ ਦੇ ਵਿੱਚ ਜੀ ਹਾਂ ਵੈਲ ਆਪ ਪਹਿਲਾਂ ਤੇ ਨਵੇਂ ਇਕਲੇ ਜਾਣਦੇ ਹੋ ਕਿਉਂ ਹੈ ਕਿਉਂਕਿ ਇਸ ਸ਼ੋਅ ਦੇ ਵਿੱਚ ਨਾ ਸਿਰਫ ਖਿਲੌਣ ਇਨਫੈਕਟ ਖਾਣਾ ਪਰੋਸਣ ਦੀ ਕਲਾ ਨੂੰ ਵੀ ਟੈਸਟ ਕੀਤਾ ਜਾਂਦਾ ਤੇ ਇਸ ਟਾਈਮ ਟੈਸਟਿੰਗ ਜਿਹੜੀ ਹੋ ਰਹੀ ਉਹ ਹੈਗੀ ਹੈ ਜੀ ਤੁਹਾਡੇ ਸਿਮਰਨ ਦੀ 19 ਈਅਰ ਓਲਡ ਨੌਜਵਾਨ ਕਿੱਦਾਂ ਬਣਾਈ ਹੈਗੀ ਉਹਨਾਂ ਨੇ ਡਿਸ਼ ਆਹ ਦੇਖਾਂਗੇ ਜੀ ਅਸੀਂ ਕਿਚਨ ਦੇ ਵਿੱਚ ਲੈਟਸ ਹੈਵ ਅ ਲੁੱਕ ਅੰਦਰ ਫਲੇਵਰ ਅੱਛਾ ਇਲਾਇਚੀ ਦਾ ਥੋੜ੍ਹਾ ਅਮਚੂਰ ਦਾ ਖਟਾਸ ਆ ਰਹੀ ਹੈ ਅਤੇ ਲਾਸਟ 'ਚ ਜਿਹੜਾ ਕਰੰਚ ਆ ਰਿਹਾ ਨਾ ਪੀਨਟਸ ਦਾ ਬਹੁਤ ਹੀ ਵਧੀਆ ਸੁਪਰ ਅਤੇ ਇਹ ਸੀ ਜੀ ਸਿਮਰਨਦੀਪ ਦੇ ਪੱਥਰ ਕਬਾਬ ਤੁਸੀਂ ਇਹ ਪੱਥਰ ਕਬਾਬ ਦਾ ਰੀਕੈਪ ਬਿਲਕੁਲ ਧਿਆਨ ਨਾਲ ਨੋਟ ਕਰਨਾ ਇੰਟਰਸਟਿੰਗ ਆ ਡਿਫਰੈਂਟ ਆ ਅਜੇ 19 ਸਾਲ ਦੇ ਬੱਚੇ ਨੇ ਬਣਾਈ ਆ ਤੁਸੀਂ ਬਣਾ ਸਕਦੇ ਹੋ ਘਰ ਪੱਥਰ ਕਬਾਬ ਬਣਾਉਣ ਲਈ ਤੁਹਾਨੂੰ ਲੋੜ ਹੈ ਉਬਲੇ ਫਲੀਆਂ ਗਾਜਰ ਗੋਭੀ ਕੀਮਾ ਕੀਤਾ ਹੋਇਆ ਉਬਲੇ ਚਨੇ ਉਬਲੇ ਆਲੂ ਬ੍ਰੈਡ ਕ੍ਰੰਬਸ ਅਮਚੂਰ ਧਨੀਆ ਪਾਊਡਰ ਅੰਡੇ ਰੋਸਟਡ ਚਨਾ ਪਾਊਡਰ ਜੀਰਾ ਪਾਊਡਰ ਪੀਨਟਸ ਇਲਾਇਚੀ ਪਾਊਡਰ ਅਤੇ ਨਮਕ ਸਵਾਦ ਅਨੁਸਾਰ ਸਭ ਤੋਂ ਪਹਿਲਾਂ ਇੱਕ ਬੋਲ ਵਿੱਚ ਫਲੀਆਂ ਗਾਜਰ ਗੋਭੀ ਦਾ ਕੀਮਾ ਉਬਲੇ ਚਨੇ ਅਤੇ ਆਲੂ ਮੈਸ਼ ਕਰਕੇ ਮਿਕਸ ਕਰੋ ਨਮਕ ਫਿਰ ਰੋਸਟਡ ਚਨਾ ਪਾਊਡਰ ਅਮਚੂਰ ਪਾਊਡਰ ਇਲਾਇਚੀ ਪਾਊਡਰ ਜੀਰਾ ਪਾਊਡਰ ਬ੍ਰੈਡ ਕ੍ਰੰਬਸ
धनिया पाउडर पा के चंगी तरह मिक्स कर लो। फिर हत्था नाल इस मिक्सचर दी छोटी छोटी टिक्कियां बना लो। टिक्कियां नू अंडे ते पीनट्स दी कोटिंग करके गरम तेल च फ्राई कर लो। तैयार कबाब ते चाट मसाला स्प्रिंकल करके गर्मा गर्म सर्व करो। ते लो जी, तैयार है पत्थर कबाब। सिमरदीप, पहली वाली डिश ते तैयार हो गई, और दूजी वाली केड़ी डिश है? दूजी डिश अपनी सर शाही पनीर। शाही पनीर, बिल्कुल। पंजाब च आके मैनू हमेशा एक चीज समझ आउंदी कि बंदे इत्थे या ते पनीर बटर मसाला, इत्थे पनीर बटर मसाला नहीं कहंदे, इत्थे चीज बटर मसाला कहंदे, राइट? बिल्कुल। और शाही पनीर? शाही पनीर। ये डिफरेंस बड़ा माइनर जा है। डिफरेंस मैं तुहानू दस दिंदा, पनीर बटर मसाला और जिहड़ा चीज बटर मसाला है, ओदी जिहड़ी ग्रेवी हुंदी ना, ज्यादातर टमाटो बेस हुंदी पूरी फुल। ओके, ठीक है। ओदे च सिर्फ रेड चिली पाउडर पैंदा नाले। ओके, ठीक है। शाही पनीर च हुंदा की है भाई, जिहड़ी जिहड़ी चीजां मैं देखियां, वैसे रेसिपी काफी डिफर करदी है, शाही पनीर च कंप्लीट होलसम चीजां, सारे मसाले भी पैंदे, और मैं देख रहा कि तुसी काफी सारे मसाले इत्थे रखे है, उन्हां चो काफी सारे मसाले पए है इत्थे, ते वो डिफरेंस भी नज़र आ रहा है मैनू, क्योंकि जिहड़ा अच्छा पनीर बटर मसाला बनाउंदा ना चीज बटर, वो प्याज नहीं पाउंदा, शाही पनीर च प्याज पैंदे। ते सब तो पहलो मैनू दसो कि इनग्रीडियंट्स केड़े केड़े चाहिए तुहानू शाही पनीर बनाउण वास्ते? सानू सर शाही पनीर बनाउण वास्ते चाहिए सब तो पहला दा पनीर, उस तो बाद मक्खन, पूरा पंजाबियां तड़का दा। चलो जी, उस तो बाद चाहिए सानू प्याज, ठीक है जी, टमाटर, टमाटो प्यूरी, जिंजर गार्लिक पेस्ट, ठीक है, जीरा पाउडर, हाँ जी, कोरिएंडर पाउडर, ठीक है जी, बे लीफ क्लोव, हाँ जी, ते होल ड्राई रेड चिली। अच्छा, बे लीफ क्लोव ते होल ड्राई रेड चिली, रेड चिली, हाँ जी, सॉल्ट स्वाद अनुसार, ठीक है जी, आलमंड पेस्ट, ते स्टेनली, ठीक है जी, ते हनी, ते कैशियो नट फॉर गार्निशिंग, एंड विच भी पोगे, ठीक है। ए की है जी, ए कदा ए है जी, दही ब्लेंड करके पापा पावांगे विच, ठीक है जी। इंग्रेडिएंट्स काफी यूनिक है, ते ए जेडे इंग्रेडिएंट्स मैं देखे ओदे च मैनू रेड चिली नहीं दिख रहे सी, पाउडर खास तौर से, बट सिमरनदीप एक्चुअली यूज कर रहे हैं, कलर ये चो वधिया आएगा, शाही पनीर का कलर थोड़ा जा डिफरेंट होता है फ्रॉम चीज बटर मसाला, राइट? इंग्रेडिएंट्स तैयार, मैं भी तैयार, तो मैं आज सिमरनदीप तो सिखांगा शाही पनीर। गैस ऑन, शुरू करो जी। सब तो पहला आप पावे जी मक्खन, पंजाब, वाह, पंजाब से मक्खन ना पाओ तो पंजाब तो ताड़ी सिटीजनशिप आउट, मतलब तुसी पंजाब तो बाहर। गगन ऑयल मिक्स करांगे थोड़ा। अच्छा, क्यों? ताकि वो जले ना मक्खन। मक्खन, ऐ बिल्कुल वधिया टिप है जी, जदों भी मक्खन पाओ थोड़ा जा तेल पा दो ताकि मक्खन जले नहीं। बिल्कुल पा दो जी। आपा पावांगे गगन ऑयल, लो डेंसिटी ऑयल। हाँ जी, सेहत नु भी वधिया रखदा ही है। अच्छा चलो जी, सेहत नु भी वधिया रखदा है ते भाई उस तरह भी मजेदार है। ऐ लो जी, हुण की पाउणा है इहदे च? हुण आपा पावांगे जी प्याज। लियाओ जी, पा दो प्याज। शाही पनीर ਦਾ ਥੋੜ੍ਹਾ ਜਿਹਾ ਡਿਫਰੈਂਸ ਇਹੀ ਹੁੰਦਾ ਹੈ ਕਿ ਉਹਦੇ 'ਚ ਪਿਆਜ਼ ਪੈ ਜਾਂਦੇ। ਬਿਲਕੁਲ, ਹੈ ਨਹੀਂ? ਲਓ ਜੀ, ਸਿਮਰਨਦੀਪ ਸਿੰਘ ਜੀ ਸਾਡੇ ਨਾਲ ਬਣਾ ਰਹੇ ਨੇ ਪੰਜਾਬ ਦੇ ਸੁਪਰ ਸ਼ੈਫ 'ਚ। ਇਹਨੂੰ ਬਰਾਊਨ ਕਰਨਾ ਜੀ? ਹਾਂਜੀ, ਇਹਨੂੰ ਲਓ ਜੀ, ਫਿਰ ਕਰੋ ਬਰਾਊਨ। ਅੱਛਾ ਸਿਮਰਨਦੀਪ, ਬਰਾਊਨ ਕਰਨ ਤੋਂ ਪਹਿਲਾਂ ਆਪਾਂ ਇਹ 'ਚ ਆਪਾਂ ਹੋਲ ਡਰਾਈ ਰੈੱਡ ਚਿੱਲੀ ਪਾਵਾਂਗੇ ਜੀ। ਬਰਾਊਨ ਕਰਨ ਤੋਂ ਪਹਿਲਾਂ? ਹਾਂਜੀ, ਲਓ ਜੀ ਪਾ ਦਿਓ ਹੋਲ ਡਰਾਈ ਰੈੱਡ ਚਿੱਲੀ ਪਾਵਾਂਗੇ। ਹਾਂਜੀ, ਇਹ ਕੰਮ ਨਾ ਕਰਿਓ ਕਦੀ ਵੀ, ਕਰਨਾ ਕੰਮ, ਅੱਛਾ ਸ਼ੈਫ ਬਣਨਾ ਹਰ ਚੀਜ਼ ਦਾ ਧਿਆਨ ਰੱਖਣਾ। ਓਕੇ, ਇਹਦਾ ਡੰਡੀ ਨਿਕਾਲੋ, ਡੰਡੀ ਨਿਕਾਲੋ, ਡੰਡੀ ਕੱਢੋ। ਅੱਛਾ ਸ਼ੈਫ ਦੀ ਖਾਸੀਅਤ ਇਹੀ ਹੁੰਦੀ ਹੈ, ਇਸ ਤਰ੍ਹਾਂ ਵੀ ਨਹੀਂ ਕਰਨਾ, ਇਹਦੇ 'ਚ ਰੱਖੋ। ਓਕੇ ਸਰ, ਹੈ ਜੀ, ਬਿਲਕੁਲ। ਅੱਛਾ ਸ਼ੈਫ ਉਹੀ ਬਣਦਾ ਜਿਹੜੀ ਇਨਗਰੀਡੀਅੰਟਸ, ਸਫਾਈ, ਇਨਗਰੀਡੀਅੰਟਸ ਦੀ ਪਹਿਚਾਣ। ਹੁਣ ਇਨਗਰੀਡੀਅੰਟਸ ਦੀ ਪਹਿਚਾਣ ਵੀ ਬੜੀ ਇੰਪੋਰਟੈਂਟ ਹੈ ਸਿਮਰਦੀਪ, ਮੈਂ ਤੁਹਾਨੂੰ ਦੱਸਾਂ। ਤੁਸੀਂ ਆਹ ਦੋ ਚਿੱਲੀ ਪਾਈ ਹੈ ਨਾ, ਇਹਦੇ ਨਾਲ ਤੁਹਾਨੂੰ ਲੱਗਦਾ ਕਿ ਮਿਰਚਾਂ ਹੋ ਜਾਣਗੀਆਂ ਪੂਰੀਆਂ? ਨਹੀਂ ਸਰ, ਆਪਾਂ ਮਹਿਕ ਦੀ ਕਸ਼ਮੀਰੀ ਚਿੱਲੀ ਪਾਉਣੀ ਯੂਜ਼ ਕਰਾਂਗੇ। ਅੱਛਾ, ਠੀਕ ਹੈ। ਹੁਣ ਆਪਾਂ ਇਹ 'ਚ ਪਾਵਾਂਗੇ ਜੀ ਟਮਾਟਰ। ਪਾ ਦੇਣਾ? ਹਾਂਜੀ, ਅਤੇ ਜਦੋਂ ਵੀ ਪਾਈ ਦੇ ਨਾ ਪਹਿਲੋਂ ਇਹ ਹਿਲਾ ਲਈਦਾ, ਹਿਲਾ ਕੇ ਟਮਾਟਰ ਪਾਵਾਂਗੇ। ਹਾਂਜੀ, ਅਤੇ ਇਹ ਹਿਲਾ ਲਿਆ ਕਰੋ। ਹਾਂਜੀ ਸਰ, ਕੰਮ ਕਰ ਲਿਆ ਕਰੋ ਥੋੜ੍ਹਾ, ਠੀਕ ਹੈ ਨਾ ਜੀ? ਹਾਂ, ਅਤੇ ਹਿਲਾ ਕੇ ਫਿਰ ਪਾਉਣਾ, ਕਿਉਂਕਿ ਪਿਆਜ਼ ਸਾਈਡ 'ਚ ਜਲਦੇ ਰਹਿੰਦੇ, ਜਲਦੇ ਰਹਿੰਦੇ। ਹਾਂ, ਚਲੋ ਆਪਾਂ ਪਾਵਾਂਗੇ ਜੀ ਟਮਾਟਰ। ਹਾਂਜੀ, ਅਤੇ ਇਹਨੂੰ ਆਪਾਂ ਹਿਲਾਵਾਂਗੇ ਜੀ। ਹਾਂਜੀ, ਇਹਨੂੰ ਪਕਣ ਤੱਕ ਆਪਾਂ ਟਾਈਮ ਦੇਵਾਂਗੇ। ਹਾਂ, ਉਨੀ ਦੇਰ ਤੱਕ ਆਪਾਂ ਇਹ 'ਚ ਪਾਵਾਂਗੇ ਕੈਸ਼ਿਊ ਨਟ। ਪਾ ਦਿਓ ਜੀ, ਲਓ ਜੀ, ਰਿਚਨੈਸ ਵਾਸਤੇ ਕੈਸ਼ਿਊ ਨਟ। ਇਹਨੂੰ ਆਪਾਂ ਪਕਾਵਾਂਗੇ ਜੀ। ਹਾਂਜੀ, ਕਦ ਤੱਕ ਪਕਾਉਣਾ ਸਰ? ਇਹਨੂੰ ਆਪਾਂ ਪੰਜ ਤੋਂ ਸੱਤ ਮਿੰਟ ਤੱਕ ਪਕਾਵਾਂਗੇ। ਇਹ 'ਚ ਥੋੜ੍ਹਾ ਜਿਹਾ ਆਪਾਂ ਪਾਣੀ ਐਡ ਕਰਾਂਗੇ ਐਕਵਾ ਗਾਰਡ ਦਾ। ਹਾਂ, ਜਿਹੜਾ ਕਿ ਸਾਡੀ ਸਿਹਤ ਵਾਸਤੇ ਵੀ ਬਹੁਤ ਵਧੀਆ ਜੀ। ਹਾਂਜੀ, ਥੋੜ੍ਹਾ ਜਿਹਾ ਲਓ ਜੀ ਪਾਣੀ ਐਡ ਕਰਕੇ ਇਹਨੂੰ ਆਪਾਂ ਪਕਾਵਾਂਗੇ ਜੀ। ਹਾਂਜੀ,
ਬਾਕੀ ਹੋਰ ਵੀ ਕੁਝ ਕਰਨਾ ਇਹਦੇ ਚ ਹੁਣ ਹੁਣ ਸਰ ਆਪਾਂ ਜਦੋਂ ਹਲਕਾ ਬ੍ਰਾਊਨਿਸ਼ ਕਲਰ ਚਾਹੀਊਗਾ ਹਾਂ ਤੇ ਆਪਾਂ ਇਹਦੀ ਪੇਸਟ ਬਣਾਵਾਂਗੇ ਅੱਛਾ ਖਾਲੀ ਇਹਦਾ ਹੀ ਪੇਸਟ ਬਣਾਉਣਾ ਹਾਂਜੀ ਖਾਲੀ ਇਹਦੀ ਪੇਸਟ ਬਣਾਣਾ ਹੈ ਠੀਕ ਹੈ ਜੀ ਖਾਣਾ ਬਣਾਉਣ ਦੇ ਤੌਰ ਤਰੀਕੇ ਜਿਹੜੇ ਹੁੰਦੇ ਆ ਬਈ ਜੇ ਘਰ ਬਣਾਉਂਦੇ ਨੇ ਉਹ ਤੇ ਆਪਣੀ ਮੰਮਾ ਕੋ ਸਿੱਖਦੇ ਨੇ ਸਾਰੇ ਆਪਣੀ ਬੇਬੇ ਕੋ ਸਿੱਖਦੇ ਤੇ ਬੇਬੇ ਨੇ ਜਿਸ ਤਰ੍ਹਾਂ ਬਣਾਇਆ ਉਹੀ ਰੈਸਪੀ ਫੋਲੋ ਕਰਦੇ ਰਹਿੰਦੇ ਸਾਰੇ ਬੇਬੇ ਤੋਂ ਡੋਟਰਸ ਡੋਟਰਸ ਤੋਂ ਉਹਨਾਂ ਦੀ ਡੋਟਰਸ ਇਸ ਤਰ੍ਹਾਂ ਰੈਸਪੀ ਦਾ ਚਲਨ ਜਿਹੜਾ ਚੱਲਦਾ ਰਹਿੰਦਾ ਪ੍ਰੋਫੈਸ਼ਨਲੀ ਬੜੀ ਕਠਿਨ ਹੁੰਦਾ ਅੱਛੀ ਰੈਸਪੀ ਸਿੱਖਣਾ ਪਹਿਲਾਂ ਤਾਂ ਅਸੀਂ ਰੈਸਪੀ ਘਰੋਂ ਤੋਂ ਸਿੱਖਦੇ ਹਾਂ ਜਾਂ ਕੋਈ ਸ਼ਾਹੀ ਘਰਾਣਾ ਹੁੰਦਾ ਉੱਥੋਂ ਸਿੱਖਦੇ ਹਾਂ ਜਾਂ ਫਿਰ ਇਸ ਤਰ੍ਹਾਂ ਕਰਦੇ ਹਾਂ ਕਿ ਉਹ ਰੈਸਪੀ ਨੂੰ ਸ਼ਾਹੀ ਘਰਾਣੇ ਤੋਂ ਲੈ ਕੇ ਪ੍ਰੋਫੈਸ਼ਨਲੀ ਇਸ ਤਰ੍ਹਾਂ ਟਵਿਸਟ ਕਰਦੇ ਨੇ ਕਿ ਉਹ ਰੈਸਪੀ ਜਿਹੜੀ ਇੱਕਦਮ ਸ਼ਾਨਦਾਰ ਬਣ ਜਾਏ ਅਤੇ ਇਹ ਰੈਸਪੀ ਬਿਲਕੁਲ ਹੋਮ ਸਟਾਈਲ ਵਾਲੀ ਰੈਸਪੀ ਬਣ ਰਹੀ ਹੈ ਮਜ਼ੇਦਾਰ ਇਹਨੂੰ ਆਪਾਂ ਪਕਾਵਾਂਗੇ ਜੀ ਹਾਂਜੀ ਬਹੁਤ ਵਧੀਆ ਤਾਂ ਕਿ ਸਾਡੇ ਜਿਹੜੇ ਕੈਸ਼ਿਊ ਨਟ ਉਹ ਵੀ ਸੌਫਟ ਹੋ ਜਾਂਦੇ ਟਮਾਟਰ ਉਹ ਵੀ ਗਲ ਜਾਣ ਠੀਕ ਹੈ ਅਤੇ ਇਹਦੇ ਬਾਅਦ ਇਹਨੂੰ ਪੀਸਣਾ ਇਸ ਤੋਂ ਬਾਅਦ ਇਹਨੂੰ ਪੀਸਣਾ ਜੀ ਅੱਛਾ ਪਾਣੀ ਪਾ ਕੇ ਸਿਮਰਨਦੀਪ ਨੇ ਟਮਾਟਰ ਪਿਆਜ਼ ਕੈਸ਼ਿਊ ਨਟ ਇਹਨਾਂ ਨੂੰ ਗਲਾਉਣਾ ਹੈ ਤਾਂ ਕਿ ਸੌਫਟ ਹੋ ਜਾਣ ਔਰ ਇਹਦਾ ਜਿਹੜਾ ਪੇਸਟ ਹੈ ਨਾ ਉਹ ਬਹੁਤ ਵਧੀਆ ਸਮੂਥ ਪੇਸਟ ਬਣ ਜਾਏ ਇਸੇ ਕਰਕੇ ਸਿਮਰਨਦੀਪ ਨੇ ਪਾਣੀ ਪਾਇਆ ਭਾਈ ਠੀਕ ਹੈ ਹੁਣ ਪਕਾਉਂਦੇ ਪਕਾਉਂਦੇ ਸੌਫਟ ਹੋ ਗਿਆ ਟਮਾਟਰ ਬਿਲਕੁਲ ਤੇਲ ਅਲੱਗ ਹੋ ਗਿਆ ਹੁਣ ਪਾਣੀ ਸੁੱਕ ਗਿਆ ਹੁਣ ਗ੍ਰਾਈਂਡਿੰਗ ਕਰਾਂਗੇ ਹੁਣ ਆਪਾਂ ਇਹਨੂੰ ਗ੍ਰਾਈਂਡ ਕਰਾਂਗੇ ਠੀਕ ਹੈ ਆਪਾਂ ਗੈਸ ਬੰਦ ਕਰ ਦੇਵਾਂਗੇ ਚਲੋ ਜੀ ਅਤੇ ਆਪਾਂ ਜਿਹੜਾ ਮਿਕਸੀ ਜਾਰ ਹੈ ਹਾਂਜੀ ਇਹਨੂੰ ਲਵਾਂਗੇ ਲਓ ਜੀ ਰੱਖ ਕੇ ਪਾ ਲਓ ਉਹਦੇ ਚਲੋ ਪੰਜਾਬ ਦੇ ਸੁਪਰ ਸ਼ੈੱਫ 'ਚ ਮੈਂ ਸਿਮਰਨਦੀਪ ਜੇ ਘਰ ਰਿਹਾ ਅਤੇ ਮੈਂ ਛੋਟੇ ਛੋਟੇ ਟਿਪਸ ਵੀ ਦੇ ਰਿਹਾ ਸਿਮਰਨਦੀਪ ਮੈਨੂੰ ਪਤਾ ਹੈ ਕਿ ਤੁਹਾਡੀ ਉਮਰ 'ਚ ਇੱਕ ਤਾਂ ਤੈਨੂੰ ਘਬਰਾਹਟ ਵੀ ਹੋ ਰਹੀ ਹੋਏਗੀ ਕਿ ਸ਼ੈੱਫ ਹਰਪਾਲ ਦੇ ਨਾਲ ਖਲੋਤਾ ਹੈ ਨੇਚਰ ਹੀ ਤਾਂ ਘੱਟ ਬੋਲਣ ਦਾ ਜਾਂ ਖਾਲੀ ਕੁੜੀਆਂ ਨੂੰ ਦੇਖ ਕੇ ਬੋਲਦਾ ਹੈ ਮੈਨੂੰ ਦੇਖ ਕੇ ਨਹੀਂ ਬੋਲਦਾ ਹੈ ਨੇਚਰ ਇਸ ਤਰ੍ਹਾਂ ਦਾ ਇੰਨਾ ਢਿੱਲਾ ਨੇਚਰ ਹੈ ਨਹੀਂ ਨਹੀਂ ਸਰ ਸ਼ੈੱਫ ਦਾ ਨੇਚਰ ਹੈ ਥੋੜ੍ਹੇ ਲਾਊਡ ਹੁੰਦੇ ਬਾਈ ਜਦੋਂ ਖੜ੍ਹੇ ਹੋ ਜਾਂਦੇ ਸ਼ੇਰਾਂ ਵਾਂਗੂ ਖੜ੍ਹੇ ਹੁੰਦੇ ਸ਼ੈੱਫ ਦੀ ਇੱਕ ਕੌਮ ਹੁੰਦੀ ਸ਼ੈੱਫ ਦੀ ਕੌਮ ਉਹ ਕੌਮ ਜਿਹੜੀ ਨਾ ਬਿਲਕੁਲ ਸ਼ੇਰਾਂ ਦੀ ਕੌਮ ਹੁੰਦੀ ਹੈ ਹਾਂਜੀ ਸਰ ਜਿੱਥੇ ਵੀ ਖੜ੍ਹੇ ਹੋ ਜਾਂਦੇ ਨੇ ਲੋਕ ਪਲਟ ਕੇ ਦੇਖਦੇ ਨੇ ਤੇ ਬਿਲਕੁਲ ਕੌਨਫੀਡੈਂਸ ਬਿਲਡ ਕਰ ਇਸ ਤਰ੍ਹਾਂ ਨਹੀਂ ਹੋਣਾ ਹੈ ਢਿੱਲੇ ਨਹੀਂ ਹੋਣਾ ਰੈਸਪੀ ਤੁਹਾਡੀ ਕੌਨਫੀਡੈਂਸ ਤੁਹਾਡਾ ਪੰਜਾਬ ਦੇ ਸੁਪਰ ਚੈਫ 'ਚ ਖੜ੍ਹੇ ਹੋ ਤੁਸੀਂ ਹਾਂਜੀ ਚਲੋ ਜੀ ਹੁਣ ਇੱਕਦਮ ਜੋਸ਼ ਲਿਆਓ ਤੇ ਪੀਸਣਾ ਚਾਲੂ ਕਰੋ ਜੀ ਹੁਣ ਆਪਾਂ ਜੋਸ਼ ਨਾਲ ਦਹੀਂ ਬਲੈਂਡ ਕਰਾਂਗੇ ਜੀ ਚਲੋ ਜੀ ਕਰੋ ਇਹਦੇ 'ਚ ਦਹੀਂ ਨੂੰ ਆਪਾਂ ਮਿਕਸੀ 'ਚ ਪਾ ਕੇ ਹਾਂ ਅਤੇ ਆਪਾਂ ਦੋਨੋਂ ਮਿਕਸਚਰ ਨੂੰ ਬਲੈਂਡ ਕਰਾਂਗੇ ਅੱਛਾ ਪੂਰੀ ਤਿਆਰ ਹੈ ਗ੍ਰੇਵੀ ਤੁਸੀਂ ਚੈੱਕ ਕਰ ਸਕਦੇ ਚਲੋ ਜੀ ਵਧੀਆ ਚਲੋ ਗ੍ਰਾਈਂਡ ਹੋ ਗਿਆ ਹੁਣ ਨੈਕਸਟ ਕੀ ਕਰਨਾ ਜੀ ਹੁਣ ਆਪਾਂ ਸਰ ਗੈਸ ਚਲਾਵਾਂਗੇ ਹਾਂਜੀ ਲਓ ਜੀ ਗੈਸ ਸ਼ੁਰੂ ਕਰੋ ਲਓ ਜੀ ਗੈਸ ਆਪਣੀ ਚੱਲ ਚੁੱਕੀ ਹੈ ਲਓ ਜੀ ਹੁਣ ਆਪਾਂ ਸਰ ਸਭ ਤੋਂ ਪਹਿਲਾਂ ਪਾਵਾਂਗੇ ਗਗਨ ਆਇਲ ਹਾਂ ਲੋ ਡੈਂਸਿਟੀ ਆਇਲ ਹਾਂ ਸਿਹਤ ਨੂੰ ਵੀ ਰੱਖੇ ਤੰਦਰੁਸਤ ਚਲੋ ਜੀ ਬਹੁਤ ਵਧੀਆ ਹੁਣ ਪਾਵਾਂਗੇ ਸਰ ਆਪਾਂ ਜਿੰਜਰ ਗਾਰਲਿਕ ਪੇਸਟ ਠੀਕ ਹੈ ਜੀ ਲਿਆਓ ਜੀ ਜਿੰਜਰ ਗਾਰਲਿਕ ਪੇਸਟ ਤੇਲ ਨੂੰ ਗਰਮ ਹੋਣ ਤੋਂ ਬਾਅਦ ਪਾਵਾਂਗੇ ਠੀਕ ਹੈ ਤੇ ਬੇ ਲੀਫ ਹਾਂ ਤੇ ਕਲੋਵ ਪਾਵਾਂਗੇ ਇੱਕ ਪਾ ਦਿਓ ਜੀ ਫਲੇਵਰ ਲਈ ਪਾ ਦਿਓ ਜੀ ਬਿਲਕੁਲ ਪਾ ਦਿਓ ਫਲੇਵਰ ਫਲੇਵਰਿੰਗ ਲਈ ਪਾਵਾਂਗੇ ਅੱਛਾ ਉਹ ਤੁਸੀਂ ਦਾਲਚੀਨੀ ਵੀ ਰੱਖੀ ਉਹ ਵੀ ਪਾਉਣੀ ਹੈ ਨਹੀਂ ਸਰ ਉਹ ਨਹੀਂ ਪਾਉਣੀ ਖਾਲੀ ਕਲੋਜ਼ ਔਰ ਬੇ ਲੀਫ ਤੇ ਕਲੋਵ ਪਾਣੀ ਚਲੋ ਜੀ ਇਹ ਵੀ ਬੜੇ ਸਪੈਸੀਫਿਕ ਚੀਜ਼ ਹੈ ਕਿ ਗਰਮ ਮਸਾਲੇ 'ਚ ਕਲੋਵਸ ਐਂਡ ਬੇ ਲੀਫ ਹੁੰਦੀ ਚਲੋ ਜੀ ਹੁਣ ਆਪਾਂ ਪਾਵਾਂਗੇ ਸਰ ਜਿੰਜਰ ਗਾਰਲਿਕ ਪੇਸਟ ਹਾਂ ਲਿਆਓ ਜੀ ਤਕਰੀਬਨ ਇੱਕ ਟੇਬਲ ਸਪੂਨ ਹਾਂ ਚਲੋ ਜੀ ਜਿੰਜਰ ਗਾਰਲਿਕ ਪੇਸਟ ਹਲਾਵਾਂਗੇ ਜੀ ਇੰਨਾ ਵਧੀਆ ਖੁਸ਼ਬੂ ਹੋ ਜਾਂਦੀ ਹੈ ਵਧੀਆ ਫਰੈਗਰੈਂਸ ਬਹੁਤ ਵਧੀਆ ਉਸ ਤੋਂ ਬਾਅਦ ਆਪਾਂ ਸਰ ਇਹ 'ਚ ਪਾ ਲਵਾਂਗੇ ਟਮੈਟੋ ਪਿਊਰੀ ਅੱਛਾ ਟਮੈਟੋ ਪਿਊਰੀ ਵਧੀਆ ਤਰੀਕੇ ਨਾਲ ਇਹਨੂੰ ਆਪਾਂ ਕਰਾਂਗੇ ਹਾਂ ਲਓ ਜੀ ਅਤੇ ਇਹ ਫਰੈਸ਼ ਟਮੈਟੋ ਪਿਊਰੀ ਹੈ ਕਿ ਰੈਡੀ ਫਰੈਸ਼ ਟਮੈਟੋ ਪਿਊਰੀ ਹੈ ਫਰੈਸ਼ ਟਮੈਟੋ ਪਿਊਰੀ ਹੈ ਬੜੀ ਇੰਪੋਰਟੈਂਟ ਜੀ ਗੱਲ ਹੈ ਜਦੋਂ ਵੀ ਤੁਸੀਂ ਵੀ ਘਰ ਬਣਾਉਂਦੇ ਖਾਸ ਤੌਰ 'ਤੇ ਇਸ ਤਰ੍ਹਾਂ ਦੀਆਂ ਗ੍ਰੇਵੀਜ਼ ਬਣਦੀਆਂ ਨਾ ਹਰ ਇੱਕ ਇਨਗਰੀਡੀਅੰਟ ਨੂੰ ਪਕਾਉਣਾ ਬੜਾ ਜ਼ਰੂਰੀ ਹੁੰਦਾ ਤਾਂ ਕਿ ਹਰ ਇੱਕ ਇਨਗਰੀਡੀਅੰਟ ਪੱਕੇ ਉਹਦਾ ਪੂਰਾ ਆਪਟੀਮਮ ਫਲੇਵਰ ਨਿਕਲੇ ਫਿਰ ਦੂਸਰੀ ਚੀਜ਼ਾਂ ਪਾਉਣੀਆਂ ਜਿਸ ਤਰ੍ਹਾਂ ਆਇਲ ਸੈਪਰੇਸ਼ਨ ਸ਼ੁਰੂ ਜਿਸ ਤਰ੍ਹਾਂ ਅੱਜ ਤੁਸੀਂ ਦੇਖ ਰਹੇ ਹੋ ਇੱਥੇ ਆਇਲ ਸੈਪਰੇਸ਼ਨ ਸ਼ੁਰੂ ਫਿਰ ਤੁਸੀਂ ਦੂਸਰਾ ਇਨਗਰੀਡੀਅੰਟ ਪਾ ਸਕਦੇ ਹੋ ਦੂਸਰ�ਾ ਇਨਗਰੀਡੀਅੰਟ ਸਰ ਆਪਾਂ ਇਸ ਤੋਂ ਬਾਅਦ ਪਾਵਾਂਗੇ ਬੀਟ ਕੀਤੀ ਹੋਈ ਆਪਣੀ ਹਾਂ ਗ੍ਰੇਵੀ ਚਲੋ ਜੀ ਗ੍ਰੇਵੀ ਮਿਕਸੀ ਦੀ ਆ ਪਈ ਹੈ ਬੀਟ ਕੀਤੀ ਹੋਈ ਆਪਣੀ ਗ੍ਰੇਵੀ ਹੈ ਜੀ ਦਹੀਂ ਵਾਲੀ
ਇਹ ਆਪਾਂ ਪਾਵਾਂਗੇ ਜੀ ਤੁਹਾਡੇ ਸਟਾਈਲ ਨਾਲ ਆਪਾਂ ਨਮਕ ਪਾਵਾਂਗੇ ਚਲੋ ਜੀ ਪਾਓ ਮੇਰੇ ਸਟਾਈਲ ਨਾਲ ਨਮਕ ਨਮਕ ਦਾ ਤੇ ਮੇਰਾ ਰਿਸ਼ਤਾ ਬਹੁਤ ਹੀ ਸਟਰੋਂਗ ਹੈ ਜਿਹੜੇ ਵੀ ਮੈਨੂੰ ਦੇਖਦੇ ਨਾ ਅਚਾਨਕ ਕਰਨ ਲੱਗ ਪੈਂਦੇ ਤੁਹਾਨੂੰ ਪਤਾ ਹੀ ਕੀ ਕਰਦੇ ਤੁਸੀਂ ਕਰਦੇ ਰਹੋ ਜੀ ਜਦੋਂ ਵੀ ਨਮਕ ਪੈਂਦਾ ਨਾ ਆਪਣੇ ਘਰ 'ਚ ਕਰਦੇ ਰਹੋ ਗਾਉਂਦੇ ਰਹੋ ਜੀ ਪੂਰੀ ਐਨਰਜੀ ਦੇ ਨਾਲ ਕੋਈ ਟੈਨਸ਼ਨ ਨਹੀਂ ਹੁਣ ਜੀ ਆਪਾਂ ਪਾਵਾਂਗੇ ਜੀ ਜਿਹ 'ਚ ਜੀਰਾ ਪਾਊਡਰ ਜੀਰਾ ਪਾਊਡਰ ਠੀਕ ਹੈ ਜੀ ਬਿਲਕੁਲ ਥੋੜ੍ਹਾ ਜਿਹਾ ਲਓ ਜੀ ਜੀਰਾ ਪਾਊਡਰ ਪਾਤਾ ਹੁਣ ਆਪਾਂ ਪਾਵਾਂਗੇ ਜੀ ਧਨੀਆ ਪਾਊਡਰ ਲਓ ਜੀ ਹੁਣ ਜੀ ਆਪਾਂ ਪਾਵਾਂਗੇ ਇਹ 'ਚ ਮਹਿਕ ਕਸ਼ਮੀਰੀ ਚਿੱਲੀ ਪਾਊਡਰ ਚਲੋ ਜੀ ਜਿਹੜੀ ਜਿਹੜੇ ਸਾਰੇ ਮਸਾਲੇ ਤੁਸੀਂ ਯੂਜ਼ ਕੀਤੇ ਕੋਰੀਐਂਡਰ ਪਾਊਡਰ ਸਭ ਮਹਿਕਦੇ ਸਾਰੇ ਮਹਿਕਦੇ ਸੀਗੇ ਚਲੋ ਜੀ ਬਹੁਤ ਜਿਹੜੀ ਕਿ ਡਿਸ਼ ਨੂੰ ਬਹੁਤ ਹੀ ਵਧੀਆ ਫਲੇਵਰ ਦਿੰਦੇ ਬਾਈ ਜਿਹਦੀ ਜਿਹੜਾ ਨਾਮ ਹੀ ਮਹਿਕ ਆ ਉਹ ਡਿਸ਼ ਆਪਣੇ ਆਪ ਮਹਿਕ ਹੋ ਜਾਏਗੀ ਹੈ ਜੀ ਪੂਰਾ ਖੁਸ਼ਬੂ ਫੈਲਾਏਗੀ ਲਓ ਜੀ ਕਸ਼ਮੀਰੀ ਚਿੱਲੀ ਪਾਊਡਰ ਹਾਂ ਬਿਲਕੁਲ ਹਲਕਾ ਜਿਹਾ ਚਲੋ ਜੀ ਅਤੇ ਪਹਿਲਾਂ ਵੀ ਮਿਰਚਾਂ ਪਾਈਆਂ ਸੀ ਥੋੜ੍ਹੀ ਡਰਾਈ ਵਾਲੀ ਅਤੇ ਇੱਕਦਮ ਧਿਆਨ ਨਾਲ ਪਾਉਣੀ ਪੈਂਦੀ ਹੈ ਬਿਲਕੁਲ ਧਿਆਨ ਨਾਲ ਪਾਉਣੀ ਹੈ ਚਲੋ ਗ੍ਰੇਵੀ ਦਾ ਟੈਕਸਚਰ ਤੇ ਬੜਾ ਜ਼ਬਰਦਸਤ ਹੋ ਗਿਆ ਜੀ ਇੱਕਦਮ ਹੈ ਬਿਲਕੁਲ ਜ਼ਬਰਦਸਤ ਹੈ ਚਲੋ ਜੀ ਮਸਾਲੇ ਪਾਤੇ ਮਸਾਲੇ ਪਾਉਣ ਦੇ ਬਾਅਦ ਭੁੰਨਾ ਥੋੜ੍ਹਾ ਟਾਈਮ ਹਾਂਜੀ ਇਹਨੂੰ ਭੁੰਨਾ ਜੀ ਚਲੋ ਜੀ ਭੁੰਨੋ ਜੀ ਹਲਕਾ ਜਿਹਾ ਬਹੁਤ ਵਧੀਆ ਅਤੇ ਇਹ ਜਿਹੜੀਆਂ ਮੈਨੂੰ ਇੱਕ ਚੀਜ਼ ਦੱਸੋ ਇਹ ਤੁਹਾਨੂੰ ਕਿਸੇ ਨੇ ਦੱਸਿਆ ਜਦੋਂ ਤੁਸੀਂ ਮਤਲਬ ਇਹ ਖਾਣਾ ਬਣਾਉਣਾ ਸਿੱਖਣ ਡੇ ਸੀ ਕਿ ਇਸ ਤਰ੍ਹਾਂ ਬਬਲ ਆਉਣ ਨਾਲ ਇਹ ਹੁੰਦਾ ਇਸ ਤੋਂ ਬਾਅਦ ਇਹ ਹੁੰਦਾ ਇਹ ਸਾਨੂੰ ਸਾਡੇ ਸ਼ੈਫ ਨੇ ਦੱਸਿਆ ਸੀਗਾ ਜੀ ਅੱਛਾ ਸਟੱਡੀ ਕਰਦਾ ਸੀ ਜਦੋਂ ਤੁਸੀਂ ਸਟੱਡੀ ਕਰ ਰਹੇ ਸੀ ਅੱਛਾ ਸਟੱਡੀ ਕਰਦਾ ਜੀ NFCI ਜੀ ਹਾਂ ਉੱਥੇ ਸਾਡੇ ਸ਼ੈਫ ਹੁੰਦੇ ਸੀ ਸਾਡੇ ਜਿੱਥੇ ਹੋਟਲ ਮੈਨੇਜਮੈਂਟ ਕਰ ਰਹੇ ਸੀ ਰਾਈਟ ਉੱਥੇ ਸਾਡੇ ਸ਼ੈਫ ਨੇ ਦੱਸਿਆ ਸੀ ਸਾਨੂੰ ਹਾਂ ਪਰ ਇਹ ਗ੍ਰੇਵੀ ਦਾ ਕਿਸ ਤਰ੍ਹਾਂ ਪਤਾ ਚੱਲਦਾ ਸਰ ਇਹ ਗ੍ਰੇਵੀ ਦਾ ਸਰ ਬਬਲ ਤੋਂ ਬਬਲ ਆਣੇ ਬੰਦ ਹੋ ਜਾਣ ਜਾਂ ਤੇਲ ਸੈਪਰੇਟ ਹੋਏ ਵੇਰਾ ਮਤਲਬ ਤੁਹਾਡਾ ਚੀਜ਼ ਰੈਡੀ ਹੈ ਅੱਛਾ ਬਹੁਤ ਵਧੀਆ ਜੀ 19 ਸਾਲ ਦੀ ਉਮਰ 'ਚ ਇੰਨਾ ਕੁਝ ਜਾਣਨਾ ਬਹੁਤ ਇੰਪੋਰਟੈਂਟ ਹੈ ਐਂਡ ਕੌਨਫੀਡੈਂਸ ਰੱਖਣਾ ਵੀ ਬੜਾ ਇੰਪੋਰਟੈਂਟ ਹੈ ਸ਼ਾਹੀ ਪਨੀਰ ਬਣ ਰਿਹਾ ਜੀ ਜ਼ਬਰਦਸਤ ਪੰਜਾਬ ਦੀ ਫੇਵਰੇਟ ਡਿਸ਼ ਆ ਖਾਸ ਤੌਰ 'ਤੇ ਜਿਹੜੇ ਵੈਜੀਟੇਰੀਅਨ ਖਾਂਦੇ ਉਹਨਾਂ ਵਾਸਤੇ ਹੁਣ ਕੀ ਕਰਨਾ ਜੀ ਹੁਣ ਜੀ ਆਪਾਂ ਪਾਵਾਂਗੇ ਇਹ 'ਚ ਆਲਮੰਡ ਪੇਸਟ ਗ੍ਰੇਵੀ ਵਧੀਆ ਗਾੜੀ ਹੋ ਗਈ ਆ ਆਲਮੰਡ ਪੇਸਟ ਪਾਉਣ ਦੇ ਬਾਅਦ ਇੱਕਦਮ ਰਿਚ ਲਓ ਜੀ ਕੀ ਬਾਤ ਆਲਮੰਡ ਪੇਸਟ ਪਾਉਣ ਤੋਂ ਬਾਅਦ ਹਾਂ ਆਪਾਂ ਇਹਨੂੰ ਹੋਰ ਪਕਾਵਾਂਗੇ ਲਓ ਜੀ ਤਾਂ ਕਿ ਗ੍ਰੇਵੀ ਪੂਰੀ ਰਿਚ ਹੋਵੇ ਸੁਪਰ ਚਲੋ ਜੀ ਬਹੁਤ ਵਧੀਆ ਹੁਣ ਜੀ ਆਪਾਂ ਪਾਵਾਂਗੇ ਇਹ 'ਚ ਸ਼ਹਿਦ ਸ਼ਹਿਦ ਪਾਉਣਾ ਪੂਰਾ ਵੱਖਰਾ ਸਵਾਦ ਦੇਣ ਲਈ ਇਹਨੂੰ ਅੱਛਾ ਹਲਕਾ ਜਿਹਾ ਗ੍ਰੇਵੀ ਇੱਕਦਮ ਥਿਕ ਵਧੀਆ ਰਿਚ ਹੋ ਗਈ ਹੈ ਆਲਮੰਡ ਪੇਸਟ ਪਾਉਣ ਦੇ ਬਾਅਦ ਹੁਣ ਸ਼ਹਿਦ ਦੀ ਵਾਰੀ ਹੈ ਜੀ ਲਓ ਜੀ ਪੂਰਾ ਆਪਾਂ ਇੱਕ ਚਮਚ ਸ਼ਹਿਦ ਪਾਤਾ ਇਹ 'ਚ ਲਓ ਜੀ ਬਹੁਤ ਵਧੀਆ ਮਿਕਸ ਕਰਾਂਗੇ ਇਹਨੂੰ ਹਾਂ ਹੁਣ ਆਪਾਂ ਪਾਵਾਂਗੇ ਜੀ ਇਹ 'ਚ ਪਨੀਰ ਜਦ ਤੱਕ ਸਿਮਰਨਦੀਪ ਜੀ ਪਨੀਰ ਕੱਟ ਰਹੇ ਨੇ ਇਹ ਦੇਖੋ ਜੀ ਗ੍ਰੇਵੀ ਫਸਟ ਕਲਾਸ ਹੋ ਗਈ ਬਿਲਕੁਲ ਮਜ਼ੇਦਾਰ ਓਇਲ ਸੈਪਰੇਸ਼ਨ ਵੀ ਹੋ ਰਿਹਾ ਹੈ ਮਤਲਬ ਕਿ ਗ੍ਰੇਵੀ ਅਤੇ ਮਸਾਲੇ ਵਧੀਆ ਪੱਕ ਗਏ ਕਲਰ ਵੀ ਗ੍ਰੇਵੀ ਦਾ ਬਹੁਤ ਵਧੀਆ ਹੈ ਪਨੀਰ ਆਪਣਾ ਕੱਟਿਆ ਗਿਆ ਕੱਟਿਆ ਗਿਆ ਜੀ ਪਾ ਦੇਵਾਂਗੇ ਪਾ ਦਿਓ ਜੀ ਪਾ ਦਿਓ ਲਓ ਜੀ ਵਧੀਆ ਆਹ ਸਿਮਰਨਦੀਪ ਆਹ ਗ੍ਰੇਵੀ ਤਾਂ ਬਹੁਤ ਗਾੜੀ ਹੋ ਗਈ ਹੁਣ ਤੇ ਇਹਨੂੰ ਸੈੱਟ ਕਰਨਾ ਹੋਇਆ ਵਾਪਸ ਤੇ ਕੀ ਕਰਨਾ ਪਏਗਾ ਇਹ 'ਚ ਆਪਾਂ ਮੂਲ ਦਾ ਤਾਜ਼ਾ ਦੁੱਧ ਪਾਵਾਂਗੇ ਜੀ ਅੱਛਾ ਪਾ ਸਕਦੇ ਹੋ ਪੂਰਾ ਦੁੱਧ ਹੀ ਪਾਉਣਾ ਕਰੀਮ ਵੀ ਪਾ ਸਕਦੇ ਹਾਂ ਕਰੀਮ ਵੀ ਪਾ ਸਕਦੇ ਜੀ ਕਰੀਮ ਵੀ ਪਾ ਸਕਦੇ ਜਿਹਨਾਂ ਨੂੰ ਕਰੀਮ ਪਾਉਣੀ ਕਰੀਮ ਪਾਉਣ ਜਿਹਨਾਂ ਨੂੰ ਦੁੱਧ ਪਾਉਣਾ ਦੁੱਧ ਪਾਓ ਲਓ ਜੀ ਦਾ ਤਾਜ਼ਾ ਦੁੱਧ ਲਓ ਜੀ ਬਿਲਕੁਲ ਥੋੜਾ ਜਿਹਾ ਆਪਾਂ ਪਾਵਾਂਗੇ ਜਿੰਨਾ ਸਾਡੀ ਗ੍ਰੇਵੀ ਬਿਲਕੁਲ ਵਧੀਆ ਰਿਚਨੈਸ ਫਲੇਵਰ ਛੱਡ ਲਓ ਜੀ ਸਪੂਨ ਲੈ ਕੇ ਮੈਂ ਤਿਆਰ ਖਲੋਤਾ ਕਿਉਂਕਿ ਦੇਖਣ 'ਚ ਸ਼ਾਹੀ ਪਨੀਰ ਬੜਾ ਮਜ਼ੇਦਾਰ ਲੱਗ ਰਿਹਾ ਟੇਸਟ ਆਈ ਐਮ ਸ਼ੋਰ ਬਹੁਤ ਵਧੀਆ ਹੋਏਗਾ ਕਿਉਂਕਿ ਰਿਚ ਆ ਮਜ਼ੇਦਾਰ ਆਹ ਹਾ 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 ਲਓ ਜੀ ਤਿਆਰ ਹੈ ਜੀ ਹੁਣ ਤਿਆਰ ਹੈ ਜੀ ਹੈ ਮੈਂ ਚੱਕ ਸਕਦਾ ਚੱਕ ਲਓ ਜੀ ਹੁਣ ਆਪਾਂ ਸਿੱਧਾ ਲੱਗ ਰਹੀ ਬੜੀ ਜ਼ਬਰਦਸਤ ਪੂਰੀ ਮੈਂ ਤੇ ਬਿਲਕੁਲ ਜੀ ਮੈਂ ਤੇ ਰੁਕ ਨਹੀਂ ਸਕਦਾ ਮੈਂ ਤਿਆਰ ਹੈ ਜੀ ਟੇਸਟ ਕਰਨ ਵਾਸਤੇ ਸ਼ਾਹੀ ਪਨੀਰ ਕੁੱਕ ਬਾਈ ਦਿਸ ਯੰਗ ਗਾਈ ਸਿਮਰਨਦੀਪ ਸਿੰਘ 19 ਸਾਲ 'ਚ ਕਮਾਲ ਕਰ ਰਹੇ ਪੰਜਾਬ ਦੇ ਸੁਪਰ ਸ਼ੈਫ 'ਚ ਕਮਾਲ ਦੀ ਡਿਸ਼ ਬਣੀ ਹੈ ਸ਼ਾਹੀ ਪਨੀਰ ਪੰਜਾਬੀਆਂ ਵਾਸਤੇ ਤੁਸੀਂ ਇੱਕ ਕੰਮ ਕਰੋ ਤੁਸੀਂ ਲੈ ਲਓ ਇੱਕ ਛੋਟਾ ਜਿਹਾ ਬ੍ਰੇਕ ਲੂਣ ਪਾਇਆ ਸੀ ਹਾਂਜੀ ਪਾਇਆ ਸੀ ਜੀ ਆਪਾਂ ਹਿਸਾਬ ਨਾਲ ਪਾਉਂਦੇ ਹਾਂ ਘੱਟ ਦਾ ਇਲਾਜ ਹੈਗਾ ਵੱਧ ਦਾ ਇਲਾਜ ਨਹੀਂ ਹੈਗਾ ਜੀ ਜੇ ਵੱਧ ਹੋ ਜਾਏ ਤਾਂ ਕੀ ਕਰੋਗੇ ਮੈਂ ਤਿਆਰ ਹਾਂ ਜੀ ਟੇਸਟ ਕਰਨ ਵਾਸਤੇ ਯਾਰ ਕਮਾਲ ਹੋ ਗਈ ਥੈਂਕ ਯੂ ਜੀ ਲੂਣ ਪਾਇਆ ਸੀ ਹਾਂਜੀ ਪਾਇਆ ਸੀ ਜੀ ਆਪਾਂ ਹਿਸਾਬ ਨਾਲ ਪਾਉਂਦੇ ਹਾਂ ਘੱਟ ਦਾ ਇਲਾਜ ਹੈਗਾ ਵੱਧ ਦਾ ਇਲਾਜ ਨਹੀਂ ਹੈਗਾ ਜੀ ਜੇ ਵੱਧ ਹੋ ਜਾਏ ਤਾਂ ਕੀ ਕਰੋਗੇ ਵੱਧ ਹੋਏ ਜੀ ਸਰ ਆਪਾਂ ਕਰੀਮ ਜਾਂ ਦੁੱਧ ਪਾ ਦੇਵਾਂਗੇ ਅਤੇ ਹੁਣ ਇਹਦੇ 'ਚ ਜੇ ਵੱਧ ਗਿਆ ਤਾਂ ਫਿਰ ਕੀ ਕਰਾਂਗੇ ਹੁਣ ਇਹ 'ਚ ਵੱਧ ਗਿਆ ਸਰ ਹੋਰ ਆਪਾਂ ਕਦੇ ਇਸ ਤਰ੍ਹਾਂ ਹੋਇਆ ਕਿ ਵੱਧ ਗਿਆ
गेस्ट से चले गया, फिर की करना है? नहीं पता नहीं सर किधर। तो यार घबरांडा क्यों है, एकदम फर्स्ट क्लास बनी है चीज, जबरदस्त मजेदार चीज बनी है जी। शाही पनीर इस उम्र च जो बंदा इस तरह की बना सकता है वो जी जदों मैच्योर्ड शेफ बन जाएगा पता नहीं की कमाल करेगा। सिमरनदीप ग्रेट जॉब, मैं तो और एक चम्मच खा रहा जी। तो नाल देखो रेसिपी का रीकैप और तुसी वेख रहे हो पंजाब के सुपर शेफ विद द यंग शेफ एंड विद द मैच्योर्ड शेफ, शेफ हरपाल एंड सिमरनदीप सिंह पंजाब के सुपर शेफ चे अजी। शाही पनीर बनाने लई तुहानू लोड़ है पनीर, मक्खन, प्याज, टमाटर, टोमेटो प्यूरी, अदरक लहसुन का पेस्ट, जीरा पाउडर, धनिया पाउडर, लौंग, तेजपत्ता, सूखी लाल मिर्च, बादाम का पेस्ट, शहद, काजू, दही ते नमक स्वाद अनुसार। सब तो पहला कढ़ाई विच मक्खन ते थोड़ा जिहा तेल पाके प्याज ते सूखी लाल मिर्च भुन लो। फिर टमाटर ते काजू पाके पानी नाल 5 to 7 मिनट लई पकाओ। तैयार मसाले नू ठंडा करके ते दही मिक्स करके मिक्सी च पीस लो। हुन एक दूजे पैन विच थोड़ा जिहा तेल गरम करो ते तेज पत्ता, लौंग, अदरक लहसुन दा पेस्ट पाके भुनो। फिर टोमेटो प्यूरी ते पिसिया होया मसाला, जीरा पाउडर, धनिया पाउडर, कश्मीरी मिर्च पाउडर ते स्वाद अनुसार नमक पाके मसाला भुनन तक चलांदे रहो। उपरो बादाम दा पेस्ट ते शहद पाके ग्रेवी नू पका लो। हुन कटिया होया पनीर ग्रेवी च मिक्स करो ते दूध पाके चंगी तरह 2-3 मिनट लई पकाओ। त्यार शाही पनीर नू तनिए नाल गार्निश करके सर्व करो। ते लो जी त्यार है लजीज शाही पनीर। चलो जी सिमरनदीप जी बहुत ही वधिया चीजा तुसी बनाईया, मजेदार चीजा। हुन तुसी बडिंग शेफ हो, हाँ जी। बड़ी इंपॉर्टेंट है कि मैं तुहानू ना एक एकदम सिंपल क्विक रेसिपी दिखावा। जरूर सर। जेड़ी की डेजर्ट हो। बिल्कुल। वैसे ओरिजिनल रेसिपी जेड़ी बनती है ना बड़ी कॉम्प्लिकेटेड है। ओके। बड़ी टेक्निकली साउंड रेसिपी है। कलाकंद बनाओ, कलाकंद वास्ते केड़ी केड़ी चीजा की लोड़ पेगी वो तुसी नोट कर लो जी। सब तो पहलो पनीर ग्रेटेड, पनीर पंजाब के सारे दे घर चे रहिंदा है जी। ग्रेटेड पनीर हो गया, थोड़ा घ्यो चाहिदा, बिल्कुल थोड़ा जा जेड़ा तुहानू है कंडेंस मिल्क चाहिदा, नाल पिस्ता, बादाम, रेजिन जो भी पाउणा ए पा सकदे हो, ते रोज एसेंस थोड़ा जा मिल्क, बिल्कुल ताज़ा दूध वधिया, शुगर फ्री तुहानू चाहिदा, जे शुगर फ्री लोड पेगी तो पावांगे। वैसे कंडेंस मिल्क जेड़ा है ना वो मीठा होता है। हाँ जी सर। ते बनाओ ना बिल्कुल फटाफट। चलो जी कढ़ाई रखती, हाँ लो घ्यो, बस ये थोड़ा जा घ्यो इसे करके पाना क्योंकि थोड़े जे जेड़े पिस्ता है ना इन्हों भुन लेंगे, तो गैस आहिस्ता कर लेने। बिल्कुल सर। ढेर सारे पिस्ता लो जी, चला लेने, लो जी चलाओ जी, फ्रेगनेंस आ रही है वो जी, घ्यो दी आनी आनी। हुन इहदे च आप पनीर पा लेने, ते पनीर नू ब्राउन नहीं होन देना, ठीक है जी, बहुत इंपॉर्टेंट। ते इंपॉर्टेंट चीज़ की है कि जरा पनीर ग्रेटेड है ना दाना वो तो आ जाएगा। खाओ मैं तुहानू ये दिखा देना फटाफट किस तरह आएगा, मैश कर लो अच्छी तरह। बिल्कुल। ते दा मॉइस्चर भी खत्म नहीं होन देना, समझे ना, मॉइस्चर खत्म होन देता तो मतलब गड़बड़ हो गई काम, इस करके गैस नू थोड़ा जा आहिस्ता कर लेना है। हाँ बिल्कुल, ये दानेदार हो गया जी, काम वधिया। ये देखिए हुन अमूल दूध पालो जी, है जी दूध पालिया। एदे नाल की होएगा पनीर बिल्कुल सॉफ्ट रहेगा, सॉफ्ट रहेगा, जेड़ा कलाकंद का टेक्सचर है वो बिल्कुल, जिस तरह कभी भी फ्रेश कलाकंद लेन जाओ ना तो वाटरी रहेगा थोड़ा जा। ये कर लिया थोड़ा जा एदे चे रोज वाटर, ठीक है जी, ठीक है, रोज एसेंस। आहा, नेक्स्ट स्टेप कंडेंस्ड मिल्क, कंडेंस्ड मिल्क थिकनेस वास्ते। लो जी इनू हुन पका के गाढ़ा कर लांगे, ते इनू तद तक पकाना जब तक ये मिक्सचर पूरा गाढ़ा ना हो जाए, दो वर्गू ना बन जाए ना, तद तक पकाना, थोड़ा समय लगेगा, कंडेंस मिल्क गाढ़ा हो जाएगा, गाढ़ा मिल्क भी गाढ़ा हो जाएगा, पूरा टेक्सचर मजेदार होगा। लो जी हाँ देखो सिमर ऑन हो गया, एक फर्स्ट क्लास, एकदम गाढ़ा वधिया टेक्सचर, मजेदार इंस्टेंट होम मेड क्विक कलाकंद। बिल्कुल। बन ते प्रेजेंटेशन वास्ते इनू तुसी हुन
ਪਾ ਲਓ ਇਹਦੇ ਚ। ਇਹ ਲਓ ਜੀ ਇਹ ਤਿਆਰ। ਮੈਂ ਥੋੜ੍ਹਾ ਜਿਹਾ ਨਾ ਘਿਓ ਲਾ ਲੈਂਦਾ ਅਤੇ ਪ੍ਰੈਸ ਕਰਨ 'ਚ ਆਸਾਨੀ ਹੋ। ਹਾਂ ਬਿਲਕੁਲ ਆ। ਅਤੇ ਇਹ ਬਣ ਗਿਆ ਫਸਟ ਕਲਾਸ ਇੰਸਟੈਂਟ ਕਲਾਕੰਦ। ਆ ਫੜੋ ਅਤੇ ਟੇਸਟ ਕਰੋ। ਹੈ ਜੀ ਹੁਣ ਸਮਝੀ ਨਾ ਤੂੰ ਰੈਸਪੀ ਇੱਕਦਮ ਇੰਸਟੈਂਟ ਮਜ਼ੇਦਾਰ। ਹੁਣ ਜੀ ਸਿਮਰਨਦੀਪ ਜੀ ਟੇਸਟ ਕਰਨਗੇ। ਮੈਂ ਇਹਨਾਂ ਦੀ ਬੜੀ ਪ੍ਰੀਖਿਆ ਲਈ ਹੈ ਅਤੇ ਇਹਨਾਂ ਨੂੰ ਬੜਾ ਨਰਵਸ ਵੀ ਕੀਤਾ। 19 ਸਾਲ 'ਚ ਬੰਦਾ ਅਗਰ ਮੇਰੇ ਨਾਲ ਖੜਾ ਹੋਗਾ ਥੋੜ੍ਹਾ ਨਰਵਸ ਤਾਂ ਹੋਏਗਾ ਜੀ, ਠੀਕ ਹੈ। ਬਟ ਸਿਮਰਨਦੀਪ ਨੇ ਆਪਣਾ ਟੈਲੈਂਟ ਆਪਣੇ ਹੁਨਰ ਦੇ ਨਾਲ ਅਜੀ ਦਿਲ ਜਿੱਤ ਲਿਆ ਮੇਰਾ। ਔਰ ਜਦੋਂ ਵੀ ਤੁਸੀਂ ਇਹ ਰੈਸਪੀਸ ਘਰ ਬਣਾਓਗੇ ਜਿਹੜੀ ਸਿਮਰਨਦੀਪ ਨੇ ਬਣਾਈ ਆ ਉਹ ਤੁਹਾਡੇ ਘਰ ਵਾਲਿਆਂ ਦੇ ਸਾਰਿਆਂ ਦਾ ਦਿਲ ਜਿੱਤ ਲਏਗੀ, ਇਹ ਮੇਰਾ ਯਕੀਨ ਹੈ। ਪੰਜਾਬ ਦੇ ਸੁਪਰ ਸ਼ੈੱਫ 'ਚ ਇਸ ਤਰ੍ਹਾਂ ਹੀ ਨਹੀਂ ਕਿਸੇ ਨੂੰ ਬੁਲਾਉਂਦੇ। ਅਜੀ ਠੀਕ ਆ ਐਕਸਪੀਰੀਅੰਸ ਘੱਟ ਆ, ਬਟ ਅੱਜ ਮੈਂ ਇਹਨਾਂ ਨੂੰ ਇੰਨੇ ਸਾਰੇ ਟਿਪਸ ਦੇ ਕੇ ਜਾ ਰਿਹਾ ਬਈ ਇਹ ਸਾਰੇ ਟਿਪਸ ਇਹਨਾਂ ਦੇ ਕੁਕਿੰਗ ਸਕਿੱਲਸ ਨੂੰ ਹੋਰ ਵਧਾਉਣਗੇ, ਕੰਮ ਆਉਗੇ। ਹੈ ਜੀ ਬਿਲਕੁਲ ਬਿਲਕੁਲ ਆਉਣਗੇ। ਹੁਣ ਇਹਨਾਂ ਨੂੰ ਚਖਣ ਦੇਣਾ। ਚਖੋ ਜੀ ਤੁਸੀਂ ਚਖੋ। ਵਾਹ ਜੀ ਵਾਹ, ਸੁਪਰ ਆਇਆ ਮਜ਼ਾ। ਬਿਲਕੁਲ ਜੀ ਬਿਲਕੁਲ। ਇਹ ਜੀ ਬਿਲਕੁਲ ਯਾਦਾਂ ਤਾਜ਼ੀਆਂ ਕਰ ਦਿੰਦਾ, ਕਿਉਂਕਿ ਮੇਰੀ ਬੇਬੇ ਵੀ ਇਸ ਤਰ੍ਹਾਂ ਹੀ ਬਣਾਇਆ ਕਰਦੀ ਸੀ ਕਦੀ ਘਰ, ਜਦੋਂ ਦੁੱਧ ਫਟ ਜਾਂਦਾ ਸੀ ਮਿਲਕਮੇਟ ਪਾ ਕੇ ਫਟੇ ਹੋਏ ਦੁੱਧ ਨਾਲ ਇਹ ਰੈਸਪੀ ਬਣਾਉਂਦੀ ਸੀ ਮਜ਼ੇਦਾਰ। ਅੱਜ ਮੈਂ ਸਾਰਿਆਂ ਨਾਲ ਸ਼ੇਅਰ ਕਰ ਲਈ ਹੈ। ਹੋਰ ਮੇਰੇ ਨਾਲ ਹੈ ਸਿਮਰਨਦੀਪ ਸਿੰਘ ਜੀ ਦੀ, ਜਿਨ੍ਹਾਂ ਨੇ ਆਪਣੀ ਰੈਸਪੀ ਸ਼ੇਅਰ ਕੀਤੀ ਇਸ ਪਲੈਟਫਾਰਮ 'ਚ ਜਿਸ ਦਾ ਨਾਮ ਹੈ ਪੰਜਾਬ ਦੇ ਸੁਪਰ ਸ਼ੈੱਫ। ਕਲਾਕੰਦ ਬਣਾਉਣ ਲਈ ਤੁਹਾਨੂੰ ਲੋੜ ਹੈ ਪਨੀਰ, ਕੱਦੂਕਸ ਕੀਤਾ, ਕੰਡੈਂਸ ਮਿਲਕ, ਪਿਸਤਾ, ਬਦਾਮ, ਰੋਜ਼ ਐਸੈਂਸ, ਦੁੱਧ, ਘਿਓ ਅਤੇ ਸ਼ੂਗਰ ਫ੍ਰੀ। ਸਭ ਤੋਂ ਪਹਿਲਾਂ ਕੜਾਈ ਵਿੱਚ ਘਿਓ ਗਰਮ ਕਰਕੇ ਪਿਸਤਾ ਭੁੰਨੋ, ਫਿਰ ਕੱਦੂਕਸ ਕੀਤਾ ਪਨੀਰ ਪਾ ਕੇ ਧੀਮੀ ਆਂਚ 'ਤੇ ਉਹਨੂੰ ਪਕਾਓ। ਨਾਲ ਹੀ ਦੁੱਧ ਪਾ ਕੇ ਮਿਕਸਚਰ ਨੂੰ ਚਲਾਉਂਦੇ ਰਹੋ। ਖੁਸ਼ਬੂ ਲਈ ਰੋਜ਼ ਐਸੈਂਸ ਪਾਓ, ਫਿਰ ਕੰਡੈਂਸਡ ਮਿਲਕ ਪਾ ਕੇ ਗਾੜਾ ਹੋਣ ਤੱਕ ਉਹਨੂੰ ਪਕਾਉਂਦੇ ਰਹੋ। ਤਿਆਰ ਮਿਕਸਚਰ ਨੂੰ ਇੱਕ ਬੋਲ 'ਚ ਫੈਲਾ ਕੇ 5 ਮਿੰਟ ਲਈ ਫਰਿੱਜ 'ਚ ਰੱਖ ਦਿਓ। ਅਤੇ ਲਓ ਜੀ ਤਿਆਰ ਹੈ ਸਵਾਦਿਸ਼ਟ ਕਲਾਕੰਦ। ਇੱਕ ਵਾਰੀ ਫਿਰ ਤੋਂ ਤੁਹਾਡਾ ਹਾਰਦਿਕ ਅਭਿਨੰਦਨ ਹੈ ਪੀਡੀਸੀ ਪੰਜਾਬੀ ਦੇ ਪਹਿਲੇ ਦਿਨ ਵੇਖਲੇ ਸ਼ੋਅ ਜਿਹਦਾ ਨਾਂ ਹੈਗਾ ਪੰਜਾਬ ਦੇ ਸੁਪਰ ਸ਼ੈੱਫ। ਜੀ ਹਾਂ, ਲਓ ਜੀ ਹੁਣ ਨਾ ਵਾਰੀ ਆ ਚੁੱਕੀ ਹੈਗੀ ਅੱਜ ਦੀ ਡਿਸ਼ ਜਿਹੜੀ ਹੈਗੀ ਆਪਣੇ ਸਿਮਰਨ, ਆਈ ਮੀਨ ਟੂ ਸੇ ਸਿਮਰਨਦੀਪ ਸਿੰਘ, ਜੋ ਕਿ ਸਿਰਫ 19 ਸਾਲ ਦਾ ਨੌਜਵਾਨ ਹੈਗਾ, ਜਲੰਧਰ ਸ਼ਹਿਰ ਦਾ ਰਹਿਣ ਵਾਲਾ, ਉਹਨੇ ਬਣਾਈ ਹੈਗੀ ਹੈ ਪੱਥਰ ਮਾਰਨ ਵਾਲੀ ਖਾਣ ਵਾਲੀ ਡਿਸ਼। ਆਹ ਕਿੱਦਾਂ ਦੀ ਡਿਸ਼ ਹੈਗੀ ਹੈ ਦੈਟ ਪੱਥਰ ਕਬਾਬ ਬਣਦੇ ਉਹ ਜਨਰਲੀ ਨੋਨ ਵੈਜ ਬਣਦੇ, ਬਟ ਜਿਸ ਤਰ੍ਹਾਂ ਮੈਂ ਕਿਹਾ ਹਮੇਸ਼ਾ ਕਿ ਫੂਡ ਦਾ ਕੋਈ ਡੈਫੀਨੇਸ਼ਨ ਨਹੀਂ ਹੁੰਦਾ, ਫੂਡ ਦੀ ਕੋਈ ਬਾਉਂਡਰੀ ਨਹੀਂ ਹੁੰਦੀ, ਫੂਡ ਇਜ਼ ਲਿਮਿਟਲੈਸ। ਖਾਣਾ ਬਣਾਉਣ 'ਚ ਜਜ਼ਬਾ ਚਾਹੀਦਾ, ਪੈਸ਼ਨ ਚਾਹੀਦਾ, ਹੋਰ ਉਹ ਹੁਨਰ ਚਾਹੀਦਾ ਜਿਹੜਾ ਹੁਨਰ ਤੁਹਾਨੂੰ ਸ਼ੈੱਫ ਹਰਪਾਲ ਬਣਾ ਦੇਗਾ। ਹੋਰ ਉਹ ਹੁਨਰ ਸਿਮਰਨਦੀਪ ਕੋਲ ਹੈਗਾ। ਮੈਂ ਦੇਖ ਰਿਹਾ ਕਿ ਇਹ ਥੋੜ੍ਹਾ ਨਰਵਸ ਆ ਬਈ, 19 ਸਾਲ ਦੀ ਉਮਰ 'ਚ ਜਦੋਂ ਕੋਈ ਵੀ ਵੱਡੇ ਸ਼ੈੱਫ ਦੇ ਨਾਲ ਖਲੋਤਾ ਹੋਵੇ ਥੋੜ੍ਹਾ ਜਿਹਾ ਨਰਵਸ ਹੁੰਦਾ, ਬਟ ਜੋ ਚੀਜ਼ਾਂ ਇਹਨੇ ਬਣਾਈਆਂ ਜ਼ਬਰਦਸਤ, ਟੇਸਟੀ, ਕੌਨਫੀਡੈਂਸ। ਇਸ ਉਮਰ 'ਚ ਅਗਰ ਇਹ ਕੌਨਫੀਡੈਂਸ ਆ, ਅੱਗੇ ਚੱਲ ਕੇ ਹੋਰ ਵੀ ਅੱਗੇ ਵਧਣਗੇ। ਮੈਂ ਚਾਹੁੰਦਾ ਕਿ ਜਿਹੜਾ ਮੁਕਾਮ ਮੈਂ ਇਸ ਉਮਰ 'ਚ ਹਾਸਿਲ ਕੀਤਾ ਇਹ ਅਗਲੇ 8-10 ਸਾਲ 'ਚ ਹੀ ਹਾਸਿਲ ਕਰ ਲਏਗਾ। ਔਰ ਸਿਮਰਨ ਇੱਕ ਐਡਵਾਈਸ ਤੈਨੂੰ ਦੇ ਕੇ ਜਾਣਾ ਮੈਂ ਇਸ ਵੇਲੇ, ਕਿ ਸ਼ੈੱਫ ਬਣਨ ਵਾਸਤੇ ਹਰ ਇੱਕ ਇਨਗਰੀਡੀਅੰਟ ਨਾਲ ਨਾ ਗੱਲਾਂ ਕਰਨੀਆਂ ਹੁੰਦੀਆਂ ਵੀ ਤੇਰਾ ਕੀ ਹਾਲ ਹੈ, ਅੱਜ ਜੇ ਤੈਨੂੰ ਪਕਾਵਾਂਗਾ ਕਿਸ ਤਰ੍ਹਾਂ ਲੱਗੇਗਾ ਤੈਨੂੰ, ਬਿਲਕੁਲ ਗੱਲਾਂ ਕਰਨੀਆਂ ਹੁੰਦੀਆਂ। ਉਹਨਾਂ ਨੂੰ ਜਾਣਨਾ ਹੁੰਦਾ ਕਿ ਉਹਨਾਂ ਦਾ ਟੇਸਟ ਕੀ ਹੈ, ਪਕਣ ਦੇ ਬਾਅਦ ਟੇਸਟ ਕੀ ਹੁੰਦਾ, ਟੈਕਸਚਰ ਕਿਵੇਂ ਚੇਂਜ ਹੁੰਦਾ, ਇਹ ਚੀਜ਼ਾਂ ਸਿੱਖਣੀਆਂ ਸ਼ੁਰੂ ਕਰੋ ਇੱਕ ਪ੍ਰੋਫੈਸ਼ਨਲ ਸ਼ੈੱਫ ਵਾਸਤੇ। ਸਿਮਰਨਦੀਪ ਇੰਨਾ ਵਧੀਆ ਖਾਣਾ ਬਣਾਇਆ, ਹੁਣ ਸਾਰਿਆਂ ਨੂੰ ਟੇਸਟ ਵੀ ਕਰਾਈਏ। ਹੈ ਜੀ ਚਲੋ ਜੀ ਲੱਗ ਜਾਓ, ਲੱਗ ਜਾਓ ਬਿਲਕੁਲ। ਇਹ ਦੇਖੋ ਜੀ ਕਦੋਂ ਦਾ ਇੰਤਜ਼ਾਰ ਕਰ ਰਿਹਾ। ਬਿਲਕੁਲ ਸ਼ਾਹੀ ਪਨੀਰ ਫਸਟ। ਸਭ ਤੋਂ ਪਹਿਲਾਂ ਜੀ ਮੈਂ ਦੇਣਾ ਚਾਹੂੰਗਾ ਦਾਦੀ ਜੀ ਨੂੰ। ਲਓ ਜੀ
हाँ जी खाना चख लिया जी, बिल्कुल शाही पनीर सिमरन दे हाथ किस तरह लगा जी? बहुत वधिया जी, मज़ेदार स्वादिष्ट, बिल्कुल स्वाद आ गया जी। डिश इन्नी मज़ेदार बनी है, स्वाद तो आपे आना, 19 साल की उम्र च जे हाथों से इन्ना स्वाद है तो अगे चल के किन्ना स्वाद होएगा ये सोचो तुसी भाई। जे स्वाद हाथों से इन्ना तो रिवॉर्ड भी वधिया मिलना चाहिए, कम किया भाई रिवॉर्ड वास्ते गगन ऑयल्स वालों तुहानू गिफ्ट वाउचर जी, बिल्कुल वधिया, बिल्कुल बिल्कुल वधिया किचन दियां चीज़ां खरीदो ते होर भी चंगा काम करो, प्यार वंडो, स्वाद हुनर सब नू पॉलिश करो, ठीक है जी। गगन डिशवॉशिंग पार्टनर विम लिक्विड जेल, एक चम्मच घोलो और एक टाइम के सारे बर्तन धोलो। डिजर्ट पार्टनर शुगर फ्री नेचुरा, मीठा भी डाइट भी। स्पाइस पार्टनर महक मसाले, सुगंध और स्वाद वाले महक मसाले। हेल्थ पार्टनर एक्वागार्ड, पानी का डॉक्टर। स्नैक्स पार्टनर मकैन फूड स्माइली, टेस्ट का नया मैजिक। एंड इधर नाल ही मैं एक बार फिर तो थैंक्स करना चाहूंगा, बट तुसी जी मिलना मैं नैक्सट एपीसोड दे विच पीडीसी पंजाबी दे पहले ते नवे इकले शो जिदा ना हैगा ਪੰਜਾਬ ਦੇ ਸੁਪਰ ਸਟਾਰ। ਸਭ ਤੋਂ ਪਹਿਲਾਂ ਤਾਂ ਮੈਂ ਪੀਟੀਸੀ ਵਾਲਿਆਂ ਦਾ ਬਹੁਤ ਥੈਂਕਫੁਲ ਹਾਂ ਕਿ ਉਹਨਾਂ ਨੇ ਮੈਨੂੰ ਐਡੇ ਵੱਡੇ ਮੁਕਾਮ 'ਤੇ ਕੰਮ ਕਰਨ ਦਾ ਮੌਕਾ ਦਿੱਤਾ, ਉਹ ਵੀ ਸਪੈਸ਼ਲੀ ਸ਼ੈਫ ਹਰਪਾਲ ਸਿੰਘ ਸੋਖੀ ਜੀ ਦੇ ਨਾਲ। ਉਹਨਾਂ ਨਾਲ ਕੰਮ ਕਰਕੇ ਬਹੁਤ ਹੀ ਜ਼ਿਆਦਾ ਮਜ਼ਾ ਆਇਆ। ਪਹਿਲਾਂ ਮੈਂ ਬਹੁਤ ਨਰਵਸ ਸੀਗਾ, ਬਟ ਉਹਨਾਂ ਨੇ ਮੈਨੂੰ ਹੌਸਲੇ ਨਾਲ ਪੂਰਾ ਐਂਡ ਕੌਨਫੀਡੈਂਸ ਨਾਲ ਮੈਨੂੰ ਕੰਮ ਕਰਵਾਇਆ। ਜਦ ਮੈਂ ਆਪਣੀ ਪਹਿਲੀ ਡਿਸ਼ ਬਣਾਉਂਦਾ ਹੋਇਆ ਸੀ ਤਾਂ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ, ਜਿਵੇਂ ਕਿ ਮੈਂ ਨਰਵਸ ਸੀਗਾ ਤੁਹਾਨੂੰ ਦੱਸਿਆ ਪਹਿਲਾਂ ਵੀ। ਬੀਨਸ ਗਾਜਰ ਗੋਭੀ ਨੂੰ ਉਹਨਾਂ ਨੇ ਮੈਸ਼ ਕਰਨ ਦਾ ਇੱਕ ਨਵਾਂ ਤਰੀਕਾ ਸਿਖਾਇਆ ਜੋ ਕਿ ਦੇਸੀ ਤਰੀਕਾ ਸੀਗਾ ਕੱਚ ਦੇ ਗਲਾਸ ਨਾਲ ਉਹਨਾਂ ਨੂੰ ਕਰਨਾ, ਉਹ ਵੀ ਸਿੱਖ ਕੇ ਬਹੁਤ ਮਜ਼ਾ ਆਇਆ। ਅਤੇ ਉਹਨਾਂ ਨੇ ਹੋਰ ਵੀ ਬਹੁਤ ਗੱਲਾਂ ਸਿਖਾਈਆਂ, ਜਿਵੇਂ ਕਹਿੰਦੇ ਆ ਇੰਗਰੀਡੀਅੰਟ ਨੂੰ ਆਪਣਾ ਦੋਸਤ ਬਣਾ ਕੇ ਰੱਖਣਾ, ਉਹਨੂੰ ਜਾਣੋ, ਉਹਨੂੰ ਪਰਖੋ, ਤਾਂ ਹੀ ਉਹਦਾ ਆਪਸ 'ਚ ਮੇਲ ਹੋਊਗਾ। ਦੂਸਰੀ ਡਿਸ਼ 'ਚ ਮੈਂ ਆਪਣੇ ਸ਼ਾਹੀ ਪਨੀਰ ਬਣਾਇਆ ਸੀ ਅਤੇ ਜਦੋਂ ਮੈਂ ਬਣਾਉਂਦਾ ਪਿਆ ਸੀ ਉਹ ਵੀ ਮੈਂ ਨਰਵਸ ਸੀਗਾ, ਤਾਂ ਵੀ ਉਹਨਾਂ ਨੇ ਮੇਰੀ ਨਰਵਸਨੈਸ ਦੂਰ ਕੀਤੀ। ਉਹਨਾਂ ਨੇ ਮੈਨੂੰ ਬਣਾਉਣਾ ਦੱਸਿਆ, ਹੋਰ ਤਰੀਕੇ ਨਾਲ ਕਿੱਦਾਂ ਸ਼ਾਹੀ ਪਨੀਰ ਨੂੰ ਵੱਖਰਾ ਅੰਦਾਜ਼ ਦੇ ਸਕਦੇ ਨੇ। ਤਾਂ ਮੈਂ ਬਹੁਤ ਥੈਂਕਫੁਲ ਹਾਂ ਉਹਨਾਂ ਦਾ, ਮੈਨੂੰ ਇੰਨੇ ਵੱਡੇ ਮੁਕਾਮ 'ਤੇ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਥੈਂਕ ਯੂ।